ਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਉ ਪਾਪੀ ਵੱਡ ਗੁਣ ਹੈ ਗਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਉ ਪਾਪੀ ਵੱਡ ਗੁਣ ਹੈ ਗਾਰ ਸ਼੍ਰੀ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਮੋ ਹਿਰਦੈ ਧਿਆਮੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰ ਪਾਲਾ ਪਰਮ ਕਿਰ ਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਗੁਰੂ ਤੇਗ ਬਹਾਦੁਰ ਪਰਮ ਕਿਰ ਪਾਲਾ ਪਰਮ ਕਿਰ ਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦ ਹੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਤਗੁਰ ਮਮ ਬੇਰੀ ਕਟਹੋ ਨਿਜ ਬੇਰੀ ਪਰ ਚਾਰ ਇਹ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਹਾਜਰਾ ਹਜੂਰ ਜਹਰਾ ਜਹੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਲੋਕ ਪ੍ਰਲੋਕ ਵਿੱਚ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਸਦਾ ਹੀ ਮਿਹਰਬਾਨ ਸਤਿਗੁਰੂ ਜੀ ਮਹਾਨ ਸੁੱਖਾਂ ਦੇ ਦਾਤੇ ਵੱਡੀ ਵਡਿਆਈ ਦੇ ਮਾਲਕ ਬਖਸ਼ਿਸ਼ਾਂ ਕਰਨ ਵਾਲੇ ਦਿਆਲੂ ਕਿਰਪਾਲੂ ਸੱਚੇ ਪਾਤਸ਼ਾਹ ਸੱਚੇ ਸਤਿਗੁਰੂ
ਚਬਰ ਛਤਰ ਤਖਤ ਦੇ ਮਾਲਕ, ਧੰਨ ਧੰਨ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਭ ਸੰਗਤ ਪ੍ਰੇਮ ਦੇ ਨਾਲ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੱਜ ਕੇ ਗੁਰੂ ਪਿਆਰਿਆਂ ਪਾਸੋਂ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸੁਣ ਕੇ ਆਪਣੇ ਜਨਮ ਨੂੰ ਔਰ ਆਪਣੇ ਸਮੇਂ ਨੂੰ ਸਫਲਾ ਕਰ ਰਹੀ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਬੜੇ ਹੀ ਪ੍ਰੇਮ ਦੇ ਨਾਲ ਇੱਕ ਵਾਰ ਫਿਰ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਨੂੰ ਜਿੰਨਾ ਹੀ ਧੰਨ ਆਖੋਗੇ ਓਨਾ ਹੀ ਤੁਹਾਡਾ ਭਲਾ ਹੋਏਗਾ ਜੀ। ਗੁਰ ਕੀਰਤ ਕੋ ਅਪਰੋਖ ਕਰੇ, ਗੁਰੂ ਦੀ ਕੀਰਤੀ ਗੁਰੂ ਦੇ ਸਾਹਮਣੇ ਕਰਨੀ ਚਾਹੀਦੀ ਹੈ, ਬਾਰ ਬਾਰ ਕਰਨੀ ਚਾਹੀਦੀ ਹੈ, ਰੱਜ ਰੱਜ ਕੇ ਕਰਨੀ ਚਾਹੀਦੀ ਹੈ। ਸਤਿਗੁਰੂ ਦੀ ਜਿੰਨੀ ਕੀਰਤੀ ਕਰੋਗੇ ਓਨਾ ਹੀ ਸਾਡਾ ਆਪਣਾ ਭਲਾ ਹੋਏਗਾ ਜੀ। ਗੁਰੂ ਸਾਹਿਬ ਜੀ ਦੀ ਜਿੰਨੀ ਕੀਰਤੀ ਕਰੋਗੇ ਓਨਾ ਸਾਡਾ ਆਪਣਾ ਭਲਾ ਹੋਏਗਾ ਜੀ। ਗੁਰ ਕੀਰਤ ਕੋ ਅਪਰੋਖ ਕਰੇ, ਅਪਰੋਖ ਹੁੰਦਾ ਸਾਹਮਣੇ ਕਰੋ ਜੀ। ਸੋ ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ ਫਿਰ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਗੁਰੂ ਕੀ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਜੀਓ, ਸਭ ਸੰਗਤ ਪ੍ਰੇਮ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸੱਤਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਆਪ ਸਭ ਸੰਗਤ ਦੀ ਪ੍ਰੇਮ ਦੇ ਨਾਲ ਸਰਵਣ ਕਰਦੇ ਹੋ। ਗੁਰਮੁਖੋ, ਸੱਚੇ ਪਾਤਸ਼ਾਹ ਮਹਾਰਾਜ ਮਾਲਵੇ ਦੀ ਧਰਤੀ ਤੇ ਸੁਭਾਈ ਮਾਨ ਨੇ, ਭਾਈ ਗੌਰਾ ਜੋ ਕਿ ਭਾਈ ਭਗਤੂ ਜੀ ਦਾ ਪੁੱਤਰ ਹੈ, ਜਨਮ ਸਮੇਂ ਭਾਈ ਭਗਤੂ ਜੀ ਨੇ ਬਚਨ ਕੀਤਾ ਸੀਗਾ ਵੀ ਇਹ ਭਾਈ ਭਗਤੂ ਵਾਹਿਗੁਰੂ ਇਹ ਭਾਈ ਗੌਰਾ ਰਾਜ ਭਾਗ ਪ੍ਰਾਪਤ ਕਰੇਗਾ ਜੀ। ਬਠਿੰਡੇ ਦੇ ਇਲਾਕੇ ਦਾ ਇਹ ਰਾਜਾ ਸੀ, ਬੜੇ ਚਾਈ ਚਾਈ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਬਹੁਤ ਸਾਰੀ ਮਾਇਆ ਜਿੱਥੇ ਲੈ ਕੇ ਆਇਆ ਉੱਥੇ ਘੋੜਾ ਗੁਰੂ ਸਾਹਿਬ ਜੀ ਨੂੰ ਇਹਨੇ ਭੇਟਾ ਕੀਤਾ ਜੀ। ਸੱਚੇ ਪਾਤਸ਼ਾਹ ਮਹਾਰਾਜ ਬਹੁਤ ਖੁਸ਼ ਸਨ ਇਹਦੇ ਤੇ। ਗੁਰੂ ਸਾਹਿਬ ਮਹਾਰਾਜ ਜੀ ਦੇ ਸੀਸ ਤੇ ਚੌਰ ਸਾਹਿਬ ਦੀ ਸੇਵਾ ਕਰਦਾ ਹੁੰਦਾ ਸੀ ਭਾਈ ਜੱਸਾ ਜੀ। ਗੁਰਮੁਖੋ, ਸੇਵਾ ਕਰਦਿਆਂ ਕਰਦਿਆਂ ਹਰ ਵਕਤ ਦੀ ਬੰਦੇ ਨੂੰ ਸਾਵਧਾਨਤਾ ਦੀ ਜ਼ਰੂਰਤ ਹੈਗੀ ਹੈ ਜੀ। ਇੱਕ ਮਾੜਾ ਬੋਲ ਬੋਲਿਆ ਨਹੀਂ ਗਿਆ ਜੀ ਤੇ ਕੰਮ ਬਹੁਤ ਦੂਰ ਪੈ ਜਾਂਦਾ ਜੀ। ਫਿਰ ਪ੍ਰੇਮ ਨਾਲ ਸੁਣੋ, ਸੇਵਾ ਕਰਦਿਆਂ ਕਰਦਿਆਂ ਮਨੁੱਖ ਨੂੰ ਬਹੁਤ ਸਾਵਧਾਨਤਾ ਦੀ ਜ਼ਰੂਰਤ ਹੈਗੀ ਹੈ ਜੀ। ਇਹ ਮਾਰਗ ਬੜੀ ਸਾਵਧਾਨਤਾ ਵਾਲਾ ਮਾਰਗ ਹੈ, ਬੜੇ ਧਿਆਨ ਦਾ ਮਾਰਗ ਹੈਗਾ ਜੀ। ਇਹ ਨਹੀਂ ਵੀ ਜੋ ਮਨ ਆਈ ਉਹ ਕਰ ਲਿਆ ਜੀ, ਨਹੀਂ ਗੁਰਮੁਖੋ, ਸੇਵਾ ਕਰਨੀ, ਸਿਮਰਨ ਕਰਨਾ, ਜਾਪ ਕਰਨਾ, ਬਾਣੀ ਪੜ੍ਹਨੀ, ਇਹ ਮਾਰਗ ਬਹੁਤ ਧਿਆਨ ਦਾ ਮਾਰਗ ਹੈ ਅਤੇ ਬੜੀ ਸਾਵਧਾਨਤਾ ਦਾ ਮਾਰਗ ਹੈਗਾ ਜੀ। ਆਪ ਜੀ ਬਾਣੀ ਪੜ੍ਹਨ ਵਾਲੇ ਬੈਠੇ ਹੋ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਜੀਤ। ਮਹਾਰਾਜ ਸੱਚੇ ਪਾਤਸ਼ਾਹ ਨੇ ਸੰਤਾਂ ਨੂੰ ਇਹ ਗੱਲ ਆਖੀ, ਸੰਤਾਂ ਨੂੰ ਜੀ, ਜਿਨ੍ਹਾਂ ਨੂੰ ਲੋਕ ਮੰਨਦੇ ਨੇ ਪੂਜਦੇ ਨੇ, ਉਹਨਾਂ ਨੂੰ ਆਖਿਆ ਭਾਈ ਸੰਤੋ ਵਾਹਿਗੁਰੂ ਦੀ ਉਸਤਤ ਕਰੋ, ਪਰ ਕਿਵੇਂ? ਸਾਵਧਾਨ ਹੋ ਕੇ, ਬੜੇ ਧਿਆਨ ਦੇ ਨਾਲ ਚਿੱਤ ਨੂੰ ਇਕਾਗਰ ਕਰਕੇ ਜੀ। ਗੁਰਮੁਖੋ, ਭਾਈ ਜੱਸਾ ਜੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਚੌਰ ਸਾਹਿਬ ਦੀ ਸੇਵਾ ਕਰਦੇ, ਹੁਣ ਇਹਦੇ ਤੋਂ ਵੱਧ ਨਿਕਟਵਰਤੀ ਆਪਾਂ ਕਿਹਨੂੰ ਆਖਾਂਗੇ ਜੀ? ਜਿਹੜਾ ਸਿੱਖ ਚੌਰ ਸਾਹਿਬ ਕਰ ਰਿਹਾ ਉਹ ਜ਼ਿਆਦਾ ਨੇੜੇ ਹੈ ਗੁਰੂ ਜੀ ਦੇ ਜੀ। ਹਾਂਜੀ, ਹੁਣ ਆਪਾਂ ਸਾਰੇ ਦੂਰੀ 'ਤੇ ਹਾਂ ਜੀ, ਜਿਹੜਾ ਹੈ ਹੀ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਹੈ ਉਹਦਾ ਸਤਿਕਾਰ ਸੰਗਤ ਕਰਦੀ ਹੈ ਜੀ। ਭਾਈ ਜੱਸਾ ਜੀ ਚੌਰ ਸਾਹਿਬ ਕਰਨ ਦੇ ਸਨ ਜੀ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਇੱਕ ਪਾਸੇ ਵੱਲ ਧਿਆਨ ਹੋ ਗਿਆ ਗੁਰੂ ਜੀ ਦਾ, ਇੱਧਰ ਭਾਈ ਜੱਸੇ ਨੇ ਆ ਕੇ ਚਾਰ ਲੋਕਾਂ ਦੇ ਵਿੱਚ ਭਾਈ ਗੌਰੇ ਨੂੰ ਆਖਿਆ ਵੀ ਉਹ ਤੇਰੀ ਮਾਂ ਜਿਹੜੀ ਛੋਟੀ ਉਮਰ ਦੀ ਹੈ, ਭਾਈ ਭਗਤੂ ਨੇ ਅੰਤਮ ਸਮੇਂ ਜਿਹਦੇ ਨਾਲ ਵਿਆਹ ਕਰਾਇਆ ਸੀ, ਸਾਰੀ ਉਮਰ ਉਹਦੀ ਵਿਅਰਥ ਜਾਏਗੀ ਅਤੇ ਆਪਣੀ ਮਾਂ ਦਾ ਮੇਰੇ ਨਾਲ ਵਿਆਹ ਕਰ ਦੇ ਜੀ। ਜਦੋਂ ਆਹ ਗੱਲ ਆਖੀ, ਗੌਰਾ ਬੜਾ
ਮਾਣ ਵਾਲਾ ਪੁਰਸ਼ ਸੀ, ਚਾਰ ਲੋਕਾਂ ਵਿੱਚ ਉਹਦੀ ਇੱਜ਼ਤ ਸੀ। ਸਭਾ ਵਿੱਚ ਜਦੋਂ ਇਸ ਤਰ੍ਹਾਂ ਆਖਿਆ ਤੇ ਆਖਿਆ ਵੀ ਮਾਂ ਬਾਰੇ ਜੀ, ਭਾਈ ਗੌਰੇ ਨੂੰ ਬਹੁਤ ਗੁੱਸਾ ਚੜਿਆ ਜੀ, ਇਹਨੇ ਮੇਰੀ ਮਾਂ ਬਾਰੇ ਬੁਰਾ ਬੋਲ ਬੋਲਿਆ। ਮਨ ਵਿੱਚ ਤਸੀ ਵੀ ਇੱਥੇ ਹੀ ਸ੍ਰੀ ਸਾਹਿਬ ਕੱਢ ਕੇ ਤੇਰਾ ਗਲਾ ਵੱਢ ਦਿਆਂ ਜੀ, ਪਰ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਦੀ ਹਾਜ਼ਰੀ ਵਿੱਚ ਇਹੋ ਜਿਹਾ ਕੰਮ ਕਰਨਾ ਯੋਗ ਨਹੀਂ ਸਮਝਿਆ ਜੀ। ਅਤੇ ਬੜੇ ਗੁੱਸੇ ਵਿੱਚ ਉਹ ਆਪਣੇ ਘਰ ਵਾਪਸ ਆ ਗਏ। ਵੇਖ ਲਓ, ਇੱਕ ਬੰਦੇ ਦਾ ਬੋਲ ਚੰਗੇ ਭਲੇ ਬੰਦੇ ਦੇ ਅੰਦਰ ਦੇ ਰਸ ਨੂੰ ਖਰਾਬ ਕਰਕੇ ਸੁੱਟ ਦਿੰਦਾ ਜੀ। ਗੌਰਾ ਭਾਈ ਕਿੰਨੇ ਚਾਵਾਂ ਨਾਲ ਗੁਰੂ ਸਾਹਿਬ ਦੇ ਕੋਲ ਆਇਆ ਸੀ, ਅਤੇ ਅੱਗੋਂ ਗੁਰੂ ਘਰ ਵਿੱਚ ਰਹਿਣ ਵਾਲੇ ਨੇ ਉਹਨੂੰ ਬੁਰਾ ਬੋਲਤਾ ਜੀ, ਅਤੇ ਉਹਦਾ ਅੰਦਰ ਦਾ ਰਸ ਖਰਾਬ ਹੋ ਗਿਆ ਜੀ, ਸਾਰਾ ਅੰਦਰ ਦਾ ਰਸ ਖਰਾਬ ਹੋ ਗਿਆ। ਮਨ ਵਿੱਚ ਕ੍ਰੋਧ ਆ ਗਿਆ ਜੀ, ਮਨ ਵਿੱਚ ਪੱਕਾ ਫੁਰਨਾ ਰਸਤੇ ਵਿੱਚ ਬਣਾ ਲਿਆ ਵੀ ਇਸ ਬੰਦੇ ਨੂੰ ਮਾਰ ਦੇਣਾ, ਇਹਨੇ ਭਰੀ ਹੋਈ ਸਭਾ ਵਿੱਚ ਮੈਨੂੰ ਬੁਰਾ ਭਲਾ ਆਖਿਆ ਜੀ। ਉਸ ਇਲਾਕੇ ਦੇ ਵਿੱਚ ਬਰਾੜ ਰਹਿੰਦੇ ਸਨ ਜੀ, ਬਰਾੜ ਜੀ, ਬਰਾੜਾਂ ਨੂੰ ਸੱਦ ਕੇ ਆਖਿਆ, ਭਾਈ ਬਰਾੜੋ, ਤੁਹਾਡੀ ਤੇ ਮੇਰੀ ਇੱਜ਼ਤ ਸਾਂਝੀ ਇੱਜ਼ਤ ਹੈਗੀ, ਸਾਂਝੀ ਇੱਜ਼ਤ ਜੀ, ਤੁਸੀਂ ਮੇਰੀ ਇੱਜ਼ਤ ਦੇ ਭਾਈਵਾਲ ਹੋ, ਭਾਈਵਾਲ। ਤੇ ਜੱਸੇ ਨੇ ਅੱਜ ਇਸ ਤਰ੍ਹਾਂ ਦਾ ਬੋਲ ਬੋਲਿਆ, ਮਾਤਾ ਦੇ ਪ੍ਰਥਾਏ ਬੁਰਾ ਬੋਲ ਬੋਲਿਆ, ਤੇ ਆਪਾਂ ਜੱਸੇ ਨੂੰ ਮਾਰ ਦੇਣਾ ਜੀ। ਬਰਾੜਾ ਨੇ ਆਖਿਆ ਵੀ ਜੱਸਾ ਗੁਰੂ ਹਰਿ ਰਾਇ ਸਾਹਿਬ ਦਾ ਬੜਾ ਨੇੜੇ ਦਾ ਸਿੱਖ ਹੈ, ਬੜੀ ਸੇਵਾ ਕਰਦਾ ਗੁਰੂ ਸਾਹਿਬ ਜੀ ਦੀ। ਤੇ ਭਾਈ ਗੌਰੇ ਨੇ ਆਖਿਆ, ਆਪਾਂ ਗੁਰੂ ਸਾਹਿਬ ਕੋਲੋਂ ਮਾਫ਼ੀ ਮੰਗ ਲਾਂਗੇ, ਪਰ ਜਿਹੜਾ ਉਹਨੇ ਕਰਮ ਕੀਤਾ ਉਹਦਾ ਫਲ ਦੇਣਾ ਬੜਾ ਜ਼ਰੂਰੀ ਹੈ ਜੀ। ਉਹਨੂੰ ਵੀ ਪਤਾ ਲੱਗੇ ਵੀ ਜੀਭ ਤੋਂ ਬੋਲਿਆ ਹੋਇਆ ਬੋਲ ਕਿੱਥੋਂ ਤੱਕ ਬੰਦੇ ਨੂੰ ਭੁਗਤਣਾ ਪੈਂਦਾ। ਗੁਰਮੁਖੋ, ਇਹਨਾਂ ਗੱਲਾਂ ਦੀ ਬੜੀ ਸਾਵਧਾਨਤਾ ਦੀ ਲੋੜ ਹੈਗੀ ਹੈ, ਮੁਆਫ਼ ਕਰਿਓ। ਗੁਰੂ ਸਾਹਿਬ ਜੀ ਨੂੰ ਛੱਡ ਕੇ ਅਤੇ ਰੱਬ ਦੇ ਪਿਆਰੇ ਗੁਰੂ ਕੇ ਸਿੱਖ ਬਹੁਤ ਜ਼ਿਆਦਾ, ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਟਿਕਿਆ ਜੀ, ਉਹਨਾਂ ਨੂੰ ਛੱਡ ਕੇ ਅਤੇ ਜਾਂ ਰੱਬ ਨੂੰ ਛੱਡ ਕੇ ਆਕੜ ਅਤੇ ਗੁੱਸਾ ਹਰ ਇੱਕ ਬੰਦੇ ਦੇ ਅੰਦਰ ਹੈਗੀ ਹੈ ਜੀ। ਇਹ ਗੱਲਾਂ ਧਾਰਮਿਕ ਪੁਰਸ਼ਾਂ ਵਿੱਚ ਵੀ ਹੈਗੀਆਂ ਜੀ। ਗੁਰੂ ਸਾਹਿਬ ਨੂੰ ਛੱਡ ਕੇ, ਗੁਰਮੁਖਾਂ ਬ੍ਰਹਮ ਗਿਆਨੀਆਂ ਨੂੰ ਛੱਡ ਕੇ ਅਤੇ ਗੁਰਮੁਖੋ ਰੱਬ ਨੂੰ ਛੱਡ ਕੇ ਆਕੜ ਅਤੇ ਗੁੱਸਾ ਹਰ ਇੱਕ ਦੇ ਵਿੱਚ ਹੈਗਾ, ਅਤੇ ਬੰਦਾ ਬੁਰਾ ਬੋਲ ਪੈਂਦਾ ਜੀ, ਬੋਲ ਜਾਂਦਾ ਜੀ ਬੁਰਾ ਜੀ, ਸੁਭਾਅ ਬਣਿਆ ਪਿਆ ਜੀ। ਇੱਕ ਰੱਬ ਹੈਗਾ ਜੀ ਜਿਹੜਾ ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨ ਹੈ, ਔਗੁਣ ਕੋ ਨਾ ਚਿਤਾਰੈ, ਇੱਕ ਵਾਹਿਗੁਰੂ ਐਸਾ ਹੈ। ਸੋ ਸਾਧ ਸੰਗਤ ਜੀ, ਆਖਿਆ ਵੀ ਇਹਨੇ ਬੁਰਾ ਬੋਲਿਆ ਅਤੇ ਇਹਦੇ ਸਜ਼ਾ ਹੁਣ ਆਪਾਂ ਦੇਣੀ ਹੈ, ਇਹ ਵਿਚਾਰ ਕੀਤੀ ਸਾਰੇ ਬਰਾੜਾਂ ਨੇ ਅਤੇ ਭਾਈ ਗੌਰੇ ਨੇ ਮਿਲ ਕੇ ਜੀ। ਇਹ ਵੀ ਪਤਾ ਵੀ ਜਦੋਂ ਅਸੀਂ ਇਹ ਕੰਮ ਕਰਨਾ ਤਾਂ ਗੁਰੂ ਹਰਿ ਰਾਇ ਸਾਹਿਬ ਨੇ ਸਾਡੇ ਨਾਲ ਨਾਰਾਜ਼ ਹੋ ਜਾਣਾ ਜੀ, ਕਿਉਂ ਜੱਸਾ ਬੜਾ ਨਿਕਟ ਵਰਤੀ ਹੈ ਸੱਚੇ ਪਾਤਸ਼ਾਹ ਦਾ, ਅਤੇ ਨੇੜੇ ਰਹਿਣ ਵਾਲਾ ਬੰਦਾ ਮਾਣ ਨਾ ਕਰੇ ਜੀ। ਗਲਤੀ ਕਿਸੇ ਕੋਲੋਂ ਵੀ ਹੋ ਸਕਦੀ, ਭੁੱਲ ਕਿਸੇ ਕੋਲੋਂ ਵੀ ਹੋ ਸਕਦੀ ਹੈ। ਹੁਣ ਅੱਗੋਂ ਸਾਰੀ ਸੰਗਤ ਪ੍ਰੇਮ ਦੇ ਨਾਲ ਕਥਾ ਸੁਣੋ, ਸਭ ਸਿੱਖ ਸੰਗਤ ਗੱਜ ਕੇ ਆਖੋ, ਧੰਨ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਹਰਿ ਰਾਇ ਸਾਹਿਬ, ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰਨ ਕੀ ਮਸਲਤ ਕਰੀ ਘਾਤ ਬਿਲੋਕਤ ਫੇਰ, ਬਰਾੜ ਫੌਜ ਤੇ ਸਾਧ ਸੰਗਤ ਜੀ, ਭਾਈ ਗੌਰੇ ਨੇ ਜੱਸੇ ਨੂੰ ਮਾਰਨ ਦੀ ਮਸਲਤ ਕਰ ਲਈ। ਮਸਲਤ ਕਹਿੰਦੇ ਮੀਟਿੰਗ ਨੂੰ ਜੀ, ਸਾਰਿਆਂ ਨੇ ਮੀਟਿੰਗ ਕਰ ਲਈ ਤੇ ਵੇਖਿਆ ਵੀ ਦਾ ਵੇਖਣਾ ਦਾ ਜੀ ਆਪਾਂ। ਹਾਂਜੀ, ਮਿਲ ਹੈ ਇਕਾਂਕੀ ਵਹਿਰ ਜਬ ਹਤ ਹੈ ਤੁਪਕ ਕੇ ਗੇਰ, ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਹੀਂ ਇਹਨੂੰ ਕੁਝ ਆਖਣਾ, ਮਹਾਰਾਜ ਜੀ ਦੀ ਹਜ਼ੂਰੀ ਵਿੱਚ ਨਹੀਂ ਕੁਝ ਕਹਿਣਾ,
ਇਹ ਗੁਰੂ ਸਾਹਿਬ ਮਹਾਰਾਜ ਦੀ ਹਜ਼ੂਰੀ ਚੋਂ ਬਾਹਰ ਹੋਏਗਾ, ਫਿਰ ਆਪਾਂ ਇਹਨੂੰ ਵੇਖਣਾ ਜੀ। ਸਤਿਗੁਰੂ ਨੇ ਆਪਣੀ ਹਜ਼ੂਰੀ ਵਿੱਚ ਕੁਝ ਕਹਿਣ ਨਹੀਂ ਦੇਣਾ ਉਹਨੂੰ, ਤੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਜਦੋਂ ਬਾਹਰ ਹੋਏਗਾ, ਇਕੱਲਾ ਹੋਏਗਾ, ਫਿਰ ਆਪਾਂ ਜੱਸੇ ਨੂੰ ਮਾਰਨਾ ਜੀ। ਇਹ ਗੱਲ ਮੀਟਿੰਗ ਚ ਤੈਅ ਕੀਤੀ ਗਈ ਜੀ। ਹਾਂਜੀ, ਰੱਖਿਓ ਲਾਏ ਨਿਕਟ ਨਰ ਕੋਈ, ਇੱਕ ਮਨੁੱਖ ਨੂੰ ਪਿੱਛੇ ਲਾਤਾ ਜੱਸੇ ਦੇ ਜੀ, ਜਿਹਨੇ ਹਰ ਵਕਤ ਧਿਆਨ ਰੱਖਣਾ ਹੁੰਦਾ ਸੀ, ਜੱਸਾ ਕਿਹੜੇ ਵੇਲੇ ਚੌਰ ਸਾਹਿਬ ਕਰ ਰਿਹਾ, ਜੱਸਾ ਕਿਹੜੇ ਵੇਲੇ ਲੰਗਰ ਛਕ ਰਿਹਾ, ਜੱਸਾ ਕਿਹੜੇ ਵੇਲੇ ਕੀਰਤਨ ਸੁਣ ਰਿਹਾ, ਤੇ ਜੱਸਾ ਕਿਹੜੇ ਵੇਲੇ ਬਾਹਰ ਹੈ ਜੀ। ਇੱਕ ਬੰਦੇ ਦੀ ਪੱਕੀ ਡਿਊਟੀ ਲਾ ਦਿੱਤੀ ਜੀ। ਹਾਂਜੀ, ਇੱਕ ਦਿਨ ਤੁਰੰਗ ਅਰੂਢਿਓ ਸੋਈ, ਕਈ ਦਿਨ ਤੇ ਗੁਰੂ ਸਾਹਿਬ ਨੇ ਜੱਸੇ ਨੂੰ ਅੱਖਾਂ ਤੋਂ ਓਹਲੇ ਨਹੀਂ ਆਉਣ ਦਿੱਤਾ ਜੀ। ਗੁਰੂ ਸਾਹਿਬ ਨੂੰ ਪਤਾ ਸੀਗਾ ਵੀ ਗੌਰਾ ਬਹੁਤ ਗੁੱਸੇ ਵਿੱਚ ਹੈਗਾ ਜੀ, ਮਹਾਰਾਜ ਨੇ ਅੱਖਾਂ ਤੋਂ ਓਹਲੇ ਨਹੀਂ ਹੋਣ ਦਿੱਤਾ, ਪਰ ਉਧਰੋਂ ਜੱਸੇ ਦਾ ਅੰਤਿਮ ਸਮਾਂ ਨੇੜੇ ਆ ਗਿਆ ਸੀਗਾ ਜੀ। ਕਈ ਦਿਨ ਜਸੂਸ ਜਸੂਸੀ ਕਰਦਾ ਰਿਹਾ ਜੀ, ਇੱਕ ਦਿਨ ਜੱਸਾ ਇਕੱਲਾ ਹੀ ਘੋੜੇ ਤੇ ਬਾਹਰ ਨਿਕਲਿਆ ਜੀ, ਇਕੱਲਾ ਹੀ ਨਾ ਜੀ, ਘੋੜੇ ਤੇ ਬਾਹਰ ਨਿਕਲਿਆ। ਗਮਨਿਓ ਵਹਿਰ ਇਕਾਕੀ ਜਬੈ, ਹਾਂਜੀ, ਸੁਧ ਜਸੂਸ ਕਰ ਦੀਨਸ ਤਬੈ। ਤੇ ਜਦੋਂ ਉਹ ਬਾਹਰ ਨਿਕਲਿਆ ਨਾ ਜੀ ਜੱਸਾ, ਤੇ ਜਸੂਸ ਬੰਦਾ ਜਿਹੜਾ ਜਿਹਦਾ ਕੰਮ ਸੀਗਾ ਖਬਰ ਲੈਣੀ, ਉਹ ਛੇਤੀ ਦੇ ਨਾਲ ਬਰਾੜਾ ਨੂੰ ਖਬਰ ਦੇਣ ਗਿਆ ਜੀ, ਬਰਾੜਾ ਨੂੰ। ਹਾਂਜੀ, ਅਮਕੀ ਦਿਸ਼ਾ ਗਇਓ ਚੜ ਸੋਏ, ਉਹਨੇ ਜਾ ਕੇ ਦੱਸਿਆ ਵੀ ਅੱਜ ਮੌਕਾ ਬੜਾ ਵਧੀਆ ਜੇ, ਜੱਸਾ ਇਕੱਲਾ ਹੀ ਘੋੜੇ ਤੇ ਚੜ ਕੇ ਫਲਾਣੀ ਦਿਸ਼ਾ ਵਿੱਚ ਗਿਆ। ਹਾਂਜੀ, ਵੱਡੋ ਤੁਰੰਗ ਇਕਲੋ ਸੋਏ, ਵੱਡੇ ਘੋੜੇ ਤੇ ਚੜ ਕੇ ਤੇ ਇਕੱਲਾ ਹੀ ਗਿਆ ਜੇ, ਇਕੱਲਾ ਹੀ, ਹੁਣ ਉਹਦੇ ਨਾਲ ਕੋਈ ਨੀ ਹੈਗਾ, ਤੇ ਜੱਸੇ ਨੂੰ ਉਹਦੇ ਬੁਰੇ ਬੋਲ ਦਾ ਫਲ ਦੇਣ ਦਾ ਸਮਾਂ ਹੈਗਾ, ਕਹਿਣ ਲੱਗਾ। ਹਾਂਜੀ, ਸੁਨ ਸੁਚੇਤ ਹੋਏ ਚਰੇ ਬਰਾੜ, ਹਾਂਜੀ, ਦੋਏ ਤੀਨਕ ਜੋਧਾ ਅਸਵਾਰ, ਦੋ ਤਿੰਨ ਬਰਾੜ ਇਕੱਠੇ ਹੋ ਕੇ ਤੇ ਛੇਤੀ ਛੇਤੀ ਅਸਵਾਰ ਹੋ ਗਏ ਵੀ ਜੱਸੇ ਨੂੰ ਮਾਰ ਦੇਣਾ ਆਪਾਂ ਜੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਵੀ ਮਾਰ ਦੇਣਾ ਜਿਹਨੂੰ ਕਿਸੇ ਤਰੀਕੇ ਨਾਲ। ਹਾਂਜੀ, ਜਿੱਤ ਦਿਸ਼ਾ ਗਇਓ ਸੁਨਿਓ ਤਿਤ ਗਏ, ਹਾਂਜੀ, ਵਹਿਰ ਉਜਾਰ ਬੇਲੋਕਤ ਭਏ, ਜਿਸ ਪਾਸੇ ਸੁਣਿਆ ਸੀ ਨਾ ਵੀ ਜੱਸਾ ਇਸ ਪਾਸੇ ਗਿਆ, ਉਸੇ ਪਾਸੇ ਤੁਰ ਪਏ ਜੀ, ਕਰਦਿਆਂ ਕਰਦਿਆਂ ਉਜਾੜ ਥਾਂ ਆ ਗਈ ਜੀ ਇੱਕ ਪਾਸੇ। ਹਾਂਜੀ, ਫਿਰਤ ਇਕਾਕੀ ਹਟਿਓ ਸੋ ਆਵਤ, ਚੰਚਲ ਬਾਜੀ ਕੋ ਚਪਲਾਵਤ, ਇਕੱਲਾ ਫਿਰਦਾ ਫਿਰਦਾ ਜੱਸਾ ਬੜਾ ਘੋੜੇ ਨੂੰ ਕਦਾਉਂਦਾ ਹੋਇਆ ਜਾ ਰਿਹਾ ਸੀ, ਜੱਸੇ ਨੂੰ ਨਹੀਂ ਸੀ ਪਤਾ ਵੀ ਇਹ ਸਵਾਰੀ ਮੇਰੀ ਅੰਤਿਮ ਸਵਾਰੀ ਹੋਏਗੀ ਜੀ, ਵੀ ਮੈਨੂੰ ਮਾਰਨ ਵਾਲੇ ਆ ਰਹੇ ਨੇ ਪਿੱਛੇ। ਹਾਂਜੀ, ਇਨਹੋ ਤੁਫੰਗ ਤਿਆਰ ਕਰ ਲਈ, ਇਧਰੋਂ ਇਹਨਾਂ ਬੰਦੂਕ ਤਿਆਰ ਕਰ ਲਈ ਜੀ ਉਹਨੂੰ ਮਾਰਨ ਵਾਸਤੇ। ਹਾਂਜੀ, ਸਨੇ ਸਨੇ ਸਮੀਪੀ ਕੀਨ, ਹੌਲੀ ਹੌਲੀ ਕਰਦਿਆਂ ਕਰਦਿਆਂ ਘੋੜੇ ਭਜਾਉਂਦੇ ਭਜਾਉਂਦੇ ਐ ਜੱਸੇ ਦੇ ਪਿੱਛੇ ਚਲੇ ਗਏ ਜੀ ਇਹ ਜੀ। ਹਾਂਜੀ, ਨਿਕਟ ਹੋਏ ਕਰ ਊਚ ਬਖਾਨਾ, ਤੇ ਨੇੜੇ ਹੋ ਕੇ ਉੱਚੀ ਸਾਰੀ ਨਾ ਜੀ ਜੱਸੇ ਨੂੰ ਆਵਾਜ਼ ਦਿੱਤੀ, ਜੱਸੇ ਪਿੱਛੇ ਮੁੜ, ਕਹਿਣ ਲੱਗੇ। ਹਾਂਜੀ, ਰਹੋ ਠਾਂਡੋ ਨਹਿ ਕਰੋ ਪਿਆਨਾ, ਹੁਣ ਖਲੋ ਜਾ ਇੱਥੇ, ਕਹਿਣ ਲੱਗੇ ਗਾਹ ਨਹੀਂ ਵਧਣਾ ਤੂੰ। ਹਾਂਜੀ, ਕਹੀ ਬਾਤ ਕੋ ਫਲ ਅਬ ਲੇਹੋ, ਹੁਣੇ ਤੈਨੂੰ ਫਲ ਦੇਣੇ, ਜਿਹੜਾ ਤੂੰ ਬੁਰਾ ਬੋਲ ਬੋਲਿਆ ਉਹਦਾ ਫਲ ਤੈਨੂੰ ਹੁਣੇ ਦੇਣ ਲੱਗੇ ਆ ਅਸੀਂ। ਹਾਂਜੀ, ਬਨੋ ਸੁਚੇਤ ਜਾਨ ਨਹਿ ਪੈਹੋ, ਸੁਚੇਤ ਹੋ ਜਾ, ਹੁਣ ਅੱਜ ਤੋਂ ਬਾਅਦ ਤੂੰ ਕਿਤੇ ਜਾਣ ਜੋਗਾ ਵੀ ਨਹੀਂ ਰਹੇਗਾ ਜੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਦੇਖ ਅਚਾਨਕ ਪਹੁੰਚੇ ਆਏ, ਤਤ ਸ਼ਿਨ ਬਣਿਓ ਨਾ ਕੋਈ ਉਪਾਏ, ਜਦੋਂ ਜੱਸੇ ਨੇ ਪਿੱਛੇ ਮੁੜ ਕੇ ਵੇਖਿਆ ਤਿੰਨ ਬਰਾੜ ਸਾਹਮਣੇ ਖਲੋਤੇ ਸੀ, ਬੰਦੂਕ ਫੜੀ ਸੀ, ਹੁਣ ਉਹਨੇ ਵੇਖਿਆ ਵੀ ਹੁਣ ਕੋਈ ਉਪਾਅ ਨਹੀਂ ਚੱਲਣਾ ਮੇਰਾ। ਹਾਂਜੀ, ਛੁੱਟੀ ਤੁਫੰਗ ਲੱਗੀ ਵਿੱਚ ਹਿਰਦੇ, ਉਧਰੋਂ ਉਹਨਾਂ ਗੋਲੀ ਛੱਡ ਦਿੱਤੀ ਜੀ, ਜਦੋਂ ਗੋਲੀ ਛੱਡੀ ਤੇ ਸਿੱਧੀ ਜੱਸੇ ਦੀ ਛਾਤੀ ਵਿੱਚ ਜਾ ਗੋਲੀ ਵੱਜੀ ਜੀ। ਹਾਂਜੀ, ਦੜ ਗਿਰ ਪਰੇ ਓ ਭੂਮ ਪਰ ਤਬੇ, ਉਸੇ ਵੇਲੇ ਹੀ ਘੋੜੇ ਤੋਂ ਪਲਟੀ ਖਾ ਕੇ ਤੇ ਜੱਸਾ ਥੱਲੇ ਧਰਤੀ ਤੇ ਡਿੱਗ ਗਿਆ ਜੀ। ਹਾਂਜੀ, ਕਰ ਸੰਘਾਰ ਹਟੇ ਅਸਵਾਰ, ਹਾਂਜੀ, ਡੇਰੇ ਪਹੁੰਚੇ ਤੂਰਨ ਧਾਰ, ਤੇ ਛੇਤੀ ਨਾਲ ਜੱਸੇ ਨੂੰ ਮਾਰ ਕੇ ਉਹ ਗੌਰੇ ਦੇ ਕੋਲ ਗਏ ਜੀ, ਗੌਰੇ ਕੋਲ, ਗੌਰਾ ਰਾਜਾ ਸੀਗਾ ਜੀ ਉਸ ਇਲਾਕੇ ਦਾ ਜੀ, ਬੜਾ ਵੱਡਾ ਮੰਨਿਆ ਪੁਰਮੰਨਿਆ ਬੰਦਾ ਸੀਗਾ ਜੀ ਗੌਰਾ। ਹਾਂਜੀ, ਗੌਰ ਸਾਲ ਕੋ ਖਬਰ ਸੁਣਾਈ, ਹਾਂਜੀ, ਕੀਨਸ ਕਾਜ ਲੀਨ ਰਿਪ ਘਾਈ, ਕਹਿਣ ਲੱਗੇ ਗੌਰਾ ਜੀ
काम आपां करता जिहड़ा तुहानूं बड़ा तंग करदा ही ना जस्सा, जिहड़े बोल बड़े तंग करदे सी तुहाडे उस रिप दुश्मन नूं मार दित्ता ही जी। गौरे ने खबर सुनी जी, हां जी, हरख्यो बर दासन को दिए, बड़ा खुश हो गया जी गौरा जी। ते खुश हो के ना जी उन्हें कई बचन अपने दासां दे प्रथाए कीते भी तुही मेरा काम कर दिता। हां जी, पूर्ण करी भावना हीए, तुही ते मेरे हिरदे दी भावना पूरी कर दिती है, मेरे हिरदे दी भावना पूरी होगी। ਉਹ ਜਿਹੜੇ ਤਿੰਨ ਬੰਦੇ ਮਾਰ ਕੇ ਆਏ ਬੜਾ ਖੁਸ਼ ਹੋਇਆ ਜੀ ਉਹਨਾਂ ਤੇ। ਹਾਂਜੀ, ਉਤਰਿਓ ਰਿਣ ਕੁਬਾਕ ਜੇ ਕਹਿਓ, ਹੁਣ ਖੋਟੇ ਬੋਲਾਂ ਦਾ ਜਿਹੜਾ ਮੇਰੇ ਤੇ ਕਰਜ਼ਾ ਸੀ ਉਹ ਉਤਰ ਗਿਆ। ਹਾਂਜੀ, ਸਭਾ ਵਿੱਚ ਦੀਰਗ ਉਰ ਦਹੇ, ਭਰੀ ਹੋਈ ਸਭਾ ਵਿੱਚ ਮੇਰੀ ਮਾਤਾ ਨੂੰ ਉਹਨੇ ਬੁਰਾ ਬੋਲਿਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਰੀ ਹੋਈ ਸਭਾ ਵਿੱਚ ਮੇਰੀ ਮਾਤਾ ਬਾਰੇ ਬੁਰਾ ਬੋਲ ਵੇਖਿਆ। ਅਣਖੀ ਬੰਦਾ ਬੜਾ ਗੁਰੂ ਕਿਰਪਾ ਕਰੇ ਬਹੁਤਾ ਹੀ ਅਣਖੀ ਹੋ ਜਾਂਦਾ ਜੀ। ਹਾਂਜੀ, ਵੇਖ ਲਓ ਉਮਰ ਵੀ ਛੋਟੀ ਸੀਗੀ ਜਿਹਨੂੰ ਆਪਣੀ ਮਾਂ ਕਹਿ ਰਿਹਾ ਜੀ ਉਹ ਜੀ। ਹਾਂਜੀ, ਪਰ ਡਟ ਗਿਆ ਜੀ। ਜੇ ਗੁਰੂ ਸਾਹਿਬ ਨੇ ਕਿਹਾ ਵੀ ਗੌਰੇ ਤੇਰੀ ਮਾਂ ਹੈ ਤੇ ਮੇਰੀ ਮਾਂ ਹੀ ਹੈ ਜੀ ਇਹ ਜੀ, ਤੇ ਮੇਰੀ ਮਾਤਾ ਨੂੰ ਬੁਰਾ ਆਖਿਆ, ਹੁਣ ਕਰਜ਼ਾ ਉਤਰਿਆ। ਗੌਰਾ ਸੁਣ ਕੇ ਖਬਰ ਬਹੁਤ ਖੁਸ਼ ਹੋਇਆ ਜੀ। ਹਾਂਜੀ, ਉਤ ਸੁਧ ਸੁਣੀ ਗੁਰੂ ਹਰਿ ਰਾਏ, ਗੱਜ ਕੇ ਆਖੋ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ, ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਅੰਤਰਜਾਮੀ ਸੱਚੇ ਪਾਤਸ਼ਾਹ ਜਾਣਦੇ ਤੇ ਸਾਰਾ ਕੁਝ ਹੀ ਹੈਗੇ ਨੇ ਜੀ, ਪਰ ਫਿਰ ਵੀ ਸੱਚੇ ਪਾਤਸ਼ਾਹ ਮਹਾਰਾਜ ਸ਼ਾਂਤ ਰਹੇ ਜੀ। ਕਿਹੇ ਸਿੱਖ ਨੇ ਭੱਜ ਕੇ ਆ ਕੇ ਖਬਰ ਦੱਸੀ, ਮਹਾਰਾਜ ਗੌਰੇ ਨੇ ਜੱਸੇ ਨੂੰ ਮਾਰ ਦਿੱਤਾ। ਮਹਾਰਾਜ ਗੌਰੇ ਦੇ ਬੰਦਿਆਂ ਨੇ ਜੱਸੇ ਨੂੰ ਮਾਰ ਦਿੱਤਾ ਸੱਚੇ ਪਾਤਸ਼ਾਹ। ਹਾਂਜੀ, ਜੱਸਾ ਚੌਰਦਾਰ ਦਿਓ ਘਾਏ, ਮਹਾਰਾਜ ਉਹ ਚੌਰ ਬਰਦਾਰ ਜਿਹੜਾ ਚੌਰ ਸਭ ਕਰਦਾ ਹੈ ਭਾਈ ਜੱਸਾ, ਉਹਨੂੰ ਮਾਰ ਦਿੱਤਾ ਉਹਨਾਂ ਨੇ। ਹਾਂਜੀ, ਹਾਏ ਪਰ ਚੜ ਬਾਹਰ ਸੋ ਗਯੋ, ਹਾਂਜੀ, ਮੇਲ ਬਿਰਾੜਨ ਕੇ ਸੰਗ ਭਯੋ, ਜੱਸਾ ਘੋੜੇ ਤੇ ਚੜ ਕੇ ਬਾਹਰ ਜਾ ਰਿਹਾ ਸੀਗਾ, ਉੱਥੇ ਬਰਾੜ ਮਿਲ ਗਏ ਤੇ ਗੋਲੀ ਮਾਰ ਦਿੱਤੀ ਸੱਚੇ ਪਾਤਸ਼ਾਹ। ਹਾਂਜੀ, ਔਚਕ ਮਾਰ ਤੁਫੰਗ ਗਿਰਾਇਓ, ਕ੍ਰੋਧ ਗੁਰੂ ਕੇ ਉਨ ਸੁਨ ਛਾਇਓ, ਤੇ ਗੱਜ ਕੇ ਆਖੋ ਵਾਹਿਗੁਰੂ। ਜੱਸੇ ਨੇ ਤੇ ਚਲੋ ਮਾੜਾ ਬੋਲ ਬੋਲਿਆ ਹੀਗਾ ਜੀ, ਪਰ ਗੁਰੂ ਸਾਹਿਬ ਮਹਾਰਾਜ ਨੂੰ ਜਦੋਂ ਪਤਾ ਲੱਗਾ ਨਾ ਵੀ ਜੱਸੇ ਨੂੰ ਮਾਰ ਦਿੱਤਾ ਜੀ, ਸੱਚੇ ਪਾਤਸ਼ਾਹ ਬੜੇ ਕ੍ਰੋਧ ਵਿੱਚ ਆ ਗਏ ਜੀ, ਵੀਰ ਰਸ ਵਿੱਚ ਆਏ ਵੀ ਸਾਡੇ ਸੇਵਕ ਨੂੰ ਮਾਰ ਦਿੱਤਾ। ਹਾਂਜੀ, ਸਕਲੀ ਬਾਤ ਘਾਤ ਕੀ ਜਾਨੀ, ਹਾਂਜੀ, ਗੌਰੇ ਸੰਗ ਹਾਸ ਕੀ ਬਾਨੀ, ਤੇ ਗੁਰੂ ਸਾਹਿਬ ਨੇ ਫਿਰ ਸੁਰਤ ਲਾ ਕੇ ਸਾਰਾ ਧਿਆਨ ਮਾਰਿਆ ਜੀ, ਗਲਤੀ ਕਿਹਦੀ ਹੈ, ਹੈ ਤੇ ਜੱਸੇ ਦੀ ਵੀ ਗਲਤੀ ਹੈ ਵੀ ਉਹਨੇ ਮਾਤਾ ਦੇ ਬਾਰੇ ਇਸ ਤਰ੍ਹਾਂ ਦੇ ਬੋਲ ਬੋਲੇ ਸੀਗੇ। ਹਾਂਜੀ, ਸੋ ਰਿਸ ਮਨ ਤੇ ਨਾਹੇ ਗਵਾਈ, ਪਰ ਗੌਰੇ ਨੇ ਉਹਦਾ ਗੁੱਸਾ ਆਪਣੇ ਮਨ ਚੋਂ ਬਾਹਰ ਨਹੀਂ ਕੱਢਿਆ ਜੀ। ਹਾਂਜੀ, ਏਕਲ ਖੋਜ ਤੁਪਕ ਦੇ ਘਾਈ, ਤੇ ਇਕੱਲੇ ਨੂੰ ਵੇਖ ਕੇ ਬੰਦੂਕ ਨਾਲ ਮਾਰ ਦਿੱਤਾ ਗੁਰੂ ਹਰਿ ਰਾਏ ਸਾਹਿਬ। ਸੱਚੇ ਪਾਤਸ਼ਾਹ ਵੇਖ ਕੇ ਸੁਣ ਕੇ ਬੜਾ ਕ੍ਰੋਧ ਧੋਏ, ਬੜਾ ਵੀਰ ਰਸ ਆਇਆ ਸੱਚੇ ਪਾਤਸ਼ਾਹ ਨੂੰ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਦਾ ਕ੍ਰੋਧ ਆਮ ਬੰਦੇ ਵਰਗਾ ਕ੍ਰੋਧ ਨਹੀਂ ਹੈਗਾ ਜੀ ਕਿਤੇ ਜੀ, ਆਮ ਬੰਦੇ ਵਾਲਾ ਕ੍ਰੋਧ ਸੀਗਾ ਗੌਰੇ ਦੇ ਅੰਦਰ ਜੀ। ਗੁਰੂ ਸਾਹਿਬ ਜੀ ਦੀ ਗੱਲ ਵੱਖਰੀ ਹੈ ਜੀ, ਮਹਾਰਾਜ ਵੀਰ ਰਸ ਵਿੱਚ ਆਏ ਜੀ। ਹਾਂਜੀ, ਹਮ ਤੇ ਨਹੀਂ ਤਰਾਸ ਕੁਛ ਧਾਰਾ, ਮਹਾਰਾਜ ਕਹਿਣ ਲੱਗੇ ਗੌਰੇ ਨੇ ਸਾਡਾ ਅਦਬ ਹੀ ਨਹੀਂ ਰੱਖਿਆ, ਗੌਰੇ ਨੇ ਭੈ ਹੀ ਨਹੀਂ ਰੱਖਿਆ ਵੀ ਜੱਸਾ ਗੁਰੂ ਹਰਿ ਰਾਏ ਸਾਹਿਬ ਦਾ ਸੇਵਕ ਹੈ। ਹਾਂਜੀ, ਮਹਾ ਢੀਠ ਹੈ ਕੀਨ ਸੰਘਾਰਾ, ਮਹਾਰਾਜ ਕਹਿਣ ਲੱਗੇ ਬੜਾ ਢੀਠ ਬੰਦਾ ਹੈਗਾ, ਕਹਿਣ ਲੱਗੇ ਇੱਕ ਗੱਲ ਤੇ ਬੰਦਾ ਹੀ ਮਾਰ ਦਿੱਤਾ ਉਹਨੇ। ਹਾਂਜੀ, ਜੇਕਰ ਇਸ ਕੋ ਕੁਛ ਨਾ ਕਹੈ, ਹਾਂਜੀ, ਨਹੀਂ ਅਦਬ ਸਿੱਖਣ ਮੈਂ ਰਹੈ, ਤੇ ਗੱਜ ਕੇ ਆਖੋ ਵਾਹਿਗੁਰੂ। ਜੇ ਹੁਣ ਅਸੀਂ ਇਹਨੂੰ ਕੁਝ ਆਖਿਆ ਨਾ ਤੇ ਫਿਰ ਸਿੱਖਾਂ ਦੇ ਵਿੱਚ ਅਦਬ ਵਾਲੀ ਜਿਹੜੀ ਗੱਲ ਹੈ ਉਹ ਬਾਹਰ ਨਿਕਲ ਜੇਗੀ ਜੀ। ਤੇ ਹੁਣ ਗੁਰੂ ਸਾਹਿਬ ਬਚਨ ਉਚਾਰਨ ਲੱਗੇ, ਬੜੇ ਧਿਆਨ ਨਾਲ ਸੁਣਿਓ ਸਾਰੇ ਜੀ। ਹਾਂਜੀ, ਯਾਂ ਤੇ ਦੇਨੀ ਬਣੇ ਸਜਾਏ, ਹਾਂਜੀ, ਇਮ ਵਿਚਾਰ ਕਰ ਸ਼੍ਰੀ ਹਰਿ, ਮਹਾਰਾਜ ਤਖਤ ਤੇ ਬੈਠੇ ਸੰਗਤ ਗੱਲ ਸੁਣ ਰਹੀ ਹੈ, ਸਾਰੀ ਸੰਗਤ ਵਿੱਚ ਆ ਕੇ ਸਿੱਖ ਨੇ ਦੱਸਿਆ ਮਹਾਰਾਜ ਜੱਸਾ ਮਰ ਗਿਆ। ਹਾਂਜੀ,
ते धन गुरु हर राय साहब तखत ते बैठे बोल महाराज ने उचारण कीते जी। हां जी महा क्रोध ते श्राप बखाने हां जी सुनत सभा सद सब ही काने। बहुते वीर रस विच आके ना बहुत वीर रस विच आके गुरु साहब ने बचन कीते जी। ਹੁਣ ਬਚਨ ਬੜੇ ਧਿਆਨ ਨਾ ਛੋੜਿਓ। ਹਾਂਜੀ ਭਗਤੂ ਕੇਰ ਨਨਾਵਾ ਨਾਏ ਰੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਹੈ ਤੇ ਭਗਤੂ ਜੀ ਦਾ ਪੁੱਤਰ ਤੇ ਭਗਤੂ ਜੀ ਬੜੇ ਸਤਿਕਾਰਯੋਗ ਭਗਤੂ ਜੀ ਦਾ ਨਾਮ ਤੇ ਰਹੇਗਾ ਪਰ ਇਹਦਾ ਨਾਮ ਨਹੀਂ ਰਹੇਗਾ। ਕਹਿਣ ਲੱਗੇ ਵੀਰ ਰਸ ਵਿੱਚ ਆ ਗਏ ਜੀ ਅੱਜ ਤੋਂ ਬਾਅਦ ਕੋਈ ਵੀ ਸਿੱਖ ਇਹਦਾ ਨਾਮ ਨਹੀਂ ਲਏਗਾ ਜੀ। ਗੁਰੂ ਸਾਹਿਬ ਨੇ ਆਪ ਵੀ ਨਹੀਂ ਮੁੜ ਗੌਰਾ ਆਖਿਆ ਜੀ। ਮਹਾਰਾਜ ਨੇ ਕਿਹਾ ਅੱਜ ਤੋਂ ਬਾਅਦ ਇਹਦਾ ਨਾਮ ਨਹੀਂ ਕੋਈ ਲਏਗਾ ਤੇ ਉਹਨੂੰ ਸਾਰੇ ਫਿਰ ਨਿਨਾਵਾਂ ਕਹਿਣ ਲੱਗ ਪਏ ਨਿਨਾਵਾਂ ਜੀ। ਜਦੋਂ ਭਾਈ ਗੌਰੇ ਨੂੰ ਇਸ ਗੱਲ ਦਾ ਪਤਾ ਲੱਗਣਾ ਨਾ ਵੀ ਗੁਰੂ ਹਰ ਰਾਏ ਸਾਹਿਬ ਨੇ ਕਿਹਾ ਵੀ ਇਹਦਾ ਨਾਮ ਨਹੀਂ ਕਿਸੇ ਨੇ ਲੈਣਾ ਤੇ ਭਾਈ ਗੌਰਾ ਜੀ ਨਿਮਰਤਾ ਵਿੱਚ ਆ ਕੇ ਨਾ ਜੀ ਤੇ ਆਪਣੀ ਫੌਜ ਦੇ ਬੰਦਿਆਂ ਨੂੰ ਕਹਿਣ ਲੱਗੇ ਗੱਲ ਸੁਣ ਲਓ ਤੁਸੀਂ ਕਿਸੇ ਨੇ ਮੈਨੂੰ ਗੌਰਾ ਨਹੀਂ ਕਹਿਣਾ ਮੈਨੂੰ ਨਿਨਾਵਾਂ ਹੀ ਕਹਿਣਾ। ਕਹਿਣ ਲੱਗੇ ਮੇਰੇ ਗੁਰੂ ਦਾ ਬਚਨ ਹੈਗਾ ਗੱਜ ਕੇ ਆਖੋ ਵਾਹਿਗੁਰੂ। ਚਲੋ ਕੁਝ ਸਮੇਂ ਵਾਸਤੇ ਮਨ ਵਿੱਚ ਰੰਜਿਸ਼ ਆ ਗਈ ਜੀ ਪਰ ਗੁਰੂ ਹਰ ਰਾਏ ਸਾਹਿਬ ਤੇ ਭਰੋਸਾ ਤੇ ਪੂਰਾ ਹੈਗਾ ਨਾ ਜੀ ਗੌਰੇ ਨੂੰ। ਮਹਾਰਾਜ ਦਾ ਬਚਨ ਸੁਣ ਕੇ ਉਹਨੇ ਆਖਿਆ ਸੀ ਵੀ ਅੱਜ ਤੋਂ ਬਾਅਦ ਮੇਰਾ ਨਾਮ ਨਹੀਂ ਲੈਣਾ ਤੁਸੀਂ ਮੇਰੇ ਨਾਲ ਰਹਿੰਦੇ ਹੋ ਨਿਨਾਵਾਂ ਹੀ ਮੈਨੂੰ ਕਹਿਣਾ ਨਿਨਾਵਾਂ ਹੀ। ਜੇ ਗੁਰੂ ਸਾਹਿਬ ਨੇ ਮੈਨੂੰ ਨਿਨਾਵਾਂ ਆਖਿਆ ਤੇ ਤੁਸੀਂ ਵੀ ਨਿਨਾਵਾਂ ਹੀ ਆਖਣਾ ਜੀ। ਨਿਨਾਵੇਂ ਦਾ ਅਰਥ ਪਤਾ ਕੀ ਹੁੰਦਾ ਜੀ ਜਿਹਦਾ ਨਾਮ ਹੀ ਕੋਈ ਨਹੀਂ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਮਹਾਰਾਜ ਨੇ ਪਹਿਲਾ ਬਚਨ ਹੀ ਕੀਤਾ। ਮਹਾਰਾਜ ਕਹਿਣ ਲੱਗੇ ਭਾਈ ਭਗਤੂ ਦੇ ਪੁੱਤਰ ਦਾ ਨਾਮ ਨਹੀਂ ਕੋਈ ਰਹੇਗਾ ਇਹਦਾ ਨਾਮ ਤੁਸੀਂ ਆਪਣੀ ਜੀਭ ਤੋਂ ਨਹੀਂ ਬੋਲਣਾ ਲੋੜ ਪਵੇ ਤੇ ਉਹਨੂੰ ਨਿਨਾਵਾਂ ਕਹਿਣਾ ਨਿਨਾਵਾਂ। ਹਾਂਜੀ ਤਬ ਤੇ ਧਰਿਓ ਨਾ ਅਪਰ ਅਲਾਏ। ਮਹਾਰਾਜ ਕਹਿਣ ਲੱਗੇ ਅੱਜ ਤੋਂ ਬਾਅਦ ਹੋਰ ਕੋਈ ਨਾਮ ਨਹੀਂ ਲੈਣਾ ਉਹਦਾ ਉਹਨੂੰ ਨਿਨਾਵਾਂ ਹੀ ਕਹਿਣਾ ਸਾਰਿਆਂ ਨੇ। ਹਾਂਜੀ ਪਾਥਰ ਕੀ ਜੋਨੀ ਤੁਝ ਪਾਵੇ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਜਿਹੜਾ ਕੰਮ ਉਹਨੇ ਕੀਤਾ ਮਰਨ ਤੋਂ ਬਾਅਦ ਪੱਥਰ ਦੀ ਜੂਨੀ ਪਏਗਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਹੈ ਤੇ ਜੂਨ ਹੀ ਹੈ ਜੀ ਗੁਰਮੁਖੋ ਵੱਡੇ ਵੱਡੇ ਪਹਾੜ ਪੱਥਰ। ਹੁਣ ਗੁਰੂ ਸਾਹਿਬ ਨੇ ਬਚਨ ਬੋਲੇ ਨੇ ਇਹ ਤੇ ਸਤਿਗੁਰੂ ਹੀ ਜਾਣਦੇ ਇਹ ਗੱਲਾਂ ਦੀ। ਮਹਾਰਾਜ ਕਹਿਣ ਲੱਗੇ ਪੱਥਰ ਦੀ ਜੂਨੇ ਪਏਗਾ ਪੱਥਰ ਦੀ ਜੂਨੇ। ਕਹਿਣ ਲੱਗੇ ਹਾਂਜੀ ਕੁਲ ਕੀ ਕੈਲਾ ਟੁੱਟ ਟੁੱਟ ਜਾਏ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਕੁਲ ਦਾ ਨਾਸ਼ ਹੋਏਗਾ ਕੁਲ ਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਕੁਲ ਭਾਈ ਭਗਤੂ ਜੀ ਦੀ ਹੈ ਜੀ। ਉਹ ਜੀ ਆਪਾਂ ਆਪ ਹੀ ਸੋਚੀਏ ਵੀ ਕੁਲ ਤੇ ਭਾਈ ਭਗਤੂ ਜੀ ਦੀ ਹੈ ਜੀ। ਪਰ ਇਹ ਬਚਨ ਮਹਾਰਾਜ ਨਾ ਜੀ ਜੱਸੇ ਦੇ ਪ੍ਰੇਮ ਵਿੱਚ ਆ ਕੇ ਬੋਲ ਰਹੇ ਜੱਸੇ ਦੇ ਪ੍ਰੇਮ ਵਿੱਚ ਜੀ। ਹਾਂਜੀ ਅੱਖਾਂ ਤੇ ਬਿੜਾਲ ਸਮ ਹੈ ਮਹਾਰਾਜ ਉਹਦੀਆਂ ਅੱਖਾਂ ਨਾ ਬਿੱਲੀਆਂ ਸੀਗੀਆਂ ਜੀ ਗੌਰੇ ਦੀਆਂ। ਮਹਾਰਾਜ ਕਹਿੰਦੇ ਜਿਹੜਾ ਬਿੱਲੀਆਂ ਅੱਖਾਂ ਵਾਲਾ ਬਿੱਲਾ ਨਾ ਕਹਿਣ ਲੱਗੇ। ਹਾਂਜੀ ਕਾਕ ਜੋਨ ਕੋ ਮਰ ਕਰ ਲਹੈ ਪੱਥਰ ਦੀ ਜੋਨ ਤੋਂ ਬਾਅਦ ਕਾਂ ਦੀ ਜੂਨੇ ਪਏਗਾ। ਕਹਿਣ ਲੱਗੇ ਕੱਜ ਕੇ ਆਖੋ ਵਾਹਿਗੁਰੂ। ਕਾਂ ਦੀ ਜੂਨ ਬੜੀ ਲੰਮੀ ਹੁੰਦੀ ਗੁਰਮੁਖੋ। ਕਾਂ ਹੋ ਗਿਆ ਸੱਪ ਹੋ ਗਿਆ ਹਾਂਜੀ ਆਪਣੀ ਮੌਤੇ ਛੇਤੀ ਨਹੀਂ ਗਏ ਮਰਦੇ ਜੀ। ਕੋਈ ਮਾਰਦੇ ਜਾਂ ਕੋਈ ਅੱਜ ਕੱਲ੍ਹ ਤਾਰਾਂ ਤੂਰਾਂ ਕਰੰਟ ਕਰੁੰਟ ਲੱਗ ਜੇ ਗੱਲ ਵੱਖਰੀ ਹੈ ਨਹੀਂ ਤੇ ਛੇਤੀ ਨਹੀਂ ਮਰਦੇ ਜੀ। ਮਹਾਰਾਜ ਕਹਿਣ ਲੱਗੇ ਮਰਨ ਤੋਂ ਬਾਅਦ ਕਾਂ ਦੀ ਜੂਨੇ ਪਏਗਾ ਕਾਂ ਦੀ। ਕਹਿਣ ਲੱਗੇ ਹਾਂਜੀ ਸੂਕਰ ਕੂਕਰ ਕੋਕ ਕੁਰੰਗ ਕਾਂ ਦੀ ਜੂਨ ਤੋਂ ਬਾਅਦ ਸੂਰ ਬਣੇਗਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਤਖਤ ਤੇ ਬੈਠੇ ਏਡੇ ਸਖਤ ਸਖਤ ਬੋਲ ਬੋਲਣ ਦਾ ਏ ਜੀ। ਫਿਰ ਸੂਰ ਬਣੇਗਾ ਸੂਰ ਬਣਨ ਤੋਂ ਬਾਅਦ ਕੂਕਰ ਕੁੱਤੇ ਦੀ ਜੂਨ ਵੀ ਪਾਏਗਾ। ਕਹਿਣ ਲੱਗੇ ਹਾਂਜੀ ਹੁਣ ਆਪਾਂ ਵੇਖ ਲਈਏ ਜੂਨਾਂ ਵਿੱਚ ਰਹਿਣਾ ਬੜਾ ਔਖਾ ਹੈਗਾ ਜੀ ਬੰਦੇ ਵਾਸਤੇ। ਫਿਰ ਕੋਕ ਕੋਕ ਕਹਿੰਦੇ ਬਘਿਆੜ ਨੂੰ। ਮਹਾਰਾਜ ਕਹਿਣ ਲੱਗੇ ਬਘਿਆੜ ਵੀ ਬਣੇਗਾ ਇਹ ਜੀ ਤੇ ਨਾਲ ਕੁਰੰਗ ਹਿਰਨ ਵੀ ਬਣੇਗਾ। ਕਹਿਣ ਲੱਗੇ ਹਾਂਜੀ ਕੇਹਰ ਕੁਰਕਟ ਕੀਰ ਕੁਲੰਗ ਹਿਰਨ ਬਣਨ ਤੋਂ ਬਾਅਦ ਬਹੁਤ ਲੰਮੀ ਜੂਨ ਹਿਰਨ ਦੀ ਭੋਗੇਗਾ ਫਿਰ ਮਰ ਜਾਏਗਾ ਤੇ ਫਿਰ ਕੇਹਰ ਬਣੇਗਾ। ਕੇਹਰ ਕਹਿੰਦੇ ਸ਼ੇਰ ਨੂੰ ਜੀ। ਅੱਜ ਕੇ ਆਖੋ ਵਾਹਿਗੁਰੂ। ਸ਼ੇਰ ਬਣੇਗਾ ਸ਼ੇਰ। ਕਹਿਣ ਲੱਗੇ ਫਿਰ ਕੁਰਕਟ ਤੇ ਕੁਰਕਟ ਕਹਿੰਦੇ ਕੁੱਕੜ ਨੂੰ ਜੀ।
महाराज कहते कुकड़ भी बनेगा ये कह लगे। फिर अगों गुरु साहब ने होर बचन बोलिया कीर कोलंग, महाराज कहते तोता भी बनेगा तोता। फिर महाराज कह लगे निनावा मर के सारंग बनेगा सारंग जी सारंग। हां जी कान खजूर कुंडली क्रोधी, महाराज कहन लगे बड़ा क्रोधी हैगा, कहन लगे ओरे तो बाद सारंग तो बाद कान खजूरा बनेगा ये जी। हुण गुरु साहब किहे दे बारे बोल देन, गुर जैसा नाही को देव। हां जी समर्थ गुरु साहब ये बचन बोल देन, बंदा ते सुन सुन ही डर जाएगा जी। हां जी सुन सुन ही डर जाएगा जी। महाराज कहन लगे कान खजूरा बनेगा, ते ऐ जड़ा कुंडली मार के फनियर सप जेड़े हुंदे ना जी बड़े क्रोधी हुंदे जी। महाराज कहन लगे कान खजूरे तो बाद ओ बनेगा ये। हां जी जून पशु की परे अबुद्धि, इस मूर्ख नू ओरे तो बाद पता नहीं पशुआं दियां किन्नियां कु जोनियां मिलनियां। कहन लगे बड़े पशुआं दियां जोनियां वेचे तुरिया फिरेगा। कहन लगे हां जी केक भेक कुंचल कलकाना, केकड़ा बनेगा केकड़ा। फिर महाराज कहन लगे डड्डू बनेगा गंडोया बनेगा। कहन लगे हां जी कीटक की जोनी समदाया, ते निके निके कीड़े जेड़े रेंग देने ना। गुरु हर राय साहब कहन लगे ए निनावा उन्हां दी जूने पाएगा जी। गज के आखो वाहेगुरु। संगत सुन सुन के भै भी तो ही जा रही थी, भै भी तो ही जा रही भी महाराज एहो जे सख्त बोल बोल रहे जी। पर जदो निनावे नू पता लगना उन्हें भै भीत नहीं होना जी। जिदे बारे बोल बोल रहे ना उन्हें नहीं भै भीत होना जी। महाराज कहन लगे रेंगण वाले कीड़िया दी जून विच पाएगा ये। हां जी पुन मेघन की जोनी पावे, फिर रेंगण वाली जून जदो मुकेगी फिर बदल बनेगा। कहन लगे बदल। हां जी जग मह नीर अतोल टुकावे, ते महाराज कहन लगे पानी ढोंदा रिया करेगा। हां जी मर है अंत फाहे की मौत, ते गज के आखो वाहे गुरु। महाराज कहन लगे सिखो जदो इस जन्म विच इन्हे मरना ना इस जन्म विच, ते गौरे नू गौरे ने फाहे लग के मरना। फाहे लग के कहन लगे जदों इस जन्म च मरेगा फाहे लग के मरण तो बाद पत्थर दी जून विच जाना जी। पहले नंबर ते इहो ही जून है जी। और तो बाद फिर कां वाली जून शुरू होएगी जी इहदी जी। महाराज सच्चे पातशाह कहन लगे फाहे लग के मरेगा गौरा। निनावा वाहिगुरु। हां जी तब कुल के बहु जह औंत, ते सच्चे पातशाह कहंदे इहदी कुल दा अंत होएगा। गज के आखो वाहिगुरु। हां जी ए जसे दे प्रेम विच बोल रहे सच्चे पातशाह, जसे दे प्रेम विच जी। हां जी इस बिद केतक गिनिए श्राप, इस तरीके नाल भाई संतोख सिंह जी लिखते गुरु हर राय साहब ने कई बचन कीते कई जी। हां जी 101 दीने गुर आप, ते धन गुरु हर राय साहब ने गिण के 101 बचन कीता जी एदे बारे। गज के आखो वाहेगुरु। हुण इह बचन ते हो गया ते जदों इह जूना मिलदियां फिर पता लगदा बंदे नूं जी। हां जी आ जिहड़ी अंदर रूह है ना जी इह तड़प जांदी जी जूना भोगदियां भोगदियां जी। तुसीं इक गल सोचो भी इक घर महीना इक घर च रहीए, अगले महीने फिर बंदे नूं घर बदलना पै जाए जी ते बंदा दुखी हो जाएगा। उस तों बाद अगले महीने फिर घर बदलना पै जाए, बार बार घर बदल के बंदा दुखी हो जाता, ते आ जड़ी रूह है बार बार इन्हें शरीर बदलने फिर किन्नी दुखी होएगी जी है जी। हाँ जी महाराज सच्चे पातशाह ने 101 बचन किया 101 जी। हाँ जी अब ते मुख न लगे हमारे, महाराज कहन लगे दस दियो उन्नू अज तो बाद साडे सामने ना आवे। कहन लगे निनावा हाँ जी रहे दूर न परे निहारे, साडे तो दूर ही रवे, इन्नी दूर रवे भी साडे निगाह दे सामने ना आवे। कहन लगे ये बचन नहीं करन दे बख्शन लग्या एक मिनट नहीं लगना जी। गज के आखो वाहेगुरु। बचन करन लग्या ते टाइम लग रहा ना, आ बनेगा आ बनेगा आ बनेगा। अगों कथा सुनियो। हां जी नहीं सिफारिश कर है कोई, सिखा नू भी कहता भाई तुहाडे विचों कोई भी सिख निनावे की सिफारिश ना लैके आवे साडे कोल।
ਇਹ ਨਾ ਆਖੇ ਵੀ ਮਹਾਰਾਜ ਨੇ ਨਾਵੇਂ ਨੂੰ ਬਖਸ਼ ਦਿਓ। ਹਾਂਜੀ, ਕਰੈ ਜੋ ਸੰਗੀ ਤਿਸ ਕੀ ਹੋਈ। ਮਹਾਰਾਜ ਕਹਿਣ ਲੱਗੇ ਜਿਹੜਾ ਸਾਥੀ ਬਣੇਗਾ ਇਹਦੀ ਸਿਫਾਰਿਸ਼ ਕਰੇਗਾ ਉਹਨੂੰ ਵੀ ਨਹੀਂ ਅਸੀਂ ਬਖਸ਼ਣਾ ਕਹਿਣ ਲੱਗੇ। ਹਾਂਜੀ, ਇਮ ਬਹੁ ਦੁਖਦ ਸਰਾਪ ਗਨ ਕਹੇ। ਇਸ ਤਰੀਕੇ ਨਾਲ ਦੁੱਖ ਦੇਣ ਵਾਲੇ 101 ਬਚਨ ਗੁਰੂ ਸਾਹਿਬ ਨੇ ਗਿਣ ਕੇ ਆਖੇ ਜੀ ਇਹਨੂੰ ਜੀ। ਹਾਂਜੀ, ਜੱਸੇ ਕੋ ਸਿਮਰਤ ਰਿਸ ਲਹੇ। ਤੇ ਮਹਾਰਾਜ ਜੱਸੇ ਨੂੰ ਯਾਦ ਕਰਦੇ ਰਹੇ ਵੀ ਘੱਟੋ ਘੱਟ ਚੌਰ ਸਾਹਿਬ ਤੇ ਕਰਦਾ ਹੁੰਦਾ ਸੀ ਨਾ ਸਾਡੇ ਤੇ। ਹਾਂਜੀ, ਲੋਥ ਮੰਗਵਾਏ ਦਹਾ ਕਰਵਾਏ। ਗੁਰੂ ਸਾਹਿਬ ਨੇ ਆਖਿਆ ਭਾਈ ਜੱਸੇ ਦੀ ਲੋਥ ਲੱਭੋ, ਲੋਥ ਸਰੀਰ ਲੱਭੋ। ਜੱਸੇ ਦਾ ਸਰੀਰ ਲੱਭਿਆ, ਗੁਰੂ ਹਰ ਰਾਏ ਸਾਹਿਬ ਨੇ ਜੱਸੇ ਦੇ ਸਰੀਰ ਦਾ ਆਪ ਸੰਸਕਾਰ ਕਰਾਇਆ ਜੀ। ਹਾਂਜੀ, ਵੇਖ ਗੁਰ ਰਿਸ ਕੋ ਸਭ ਡਰ ਪਾਏ। ਮਹਾਰਾਜ ਦਾ ਆਹ ਰੁੱਖ ਵੇਖ ਕੇ ਐਡੇ ਸ਼ਕਤੀ ਵਾਲੇ ਬਚਨ ਨਹੀਂ ਕੀਤੇ ਗੁਰੂ ਸਾਹਿਬ ਨੇ? ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਅੱਜ ਤੱਕ ਇੰਨੇ ਸ਼ਕਤੀ ਵਾਲੇ ਨਹੀਂ ਬਚਨ ਕੀਤੇ ਮਹਾਰਾਜ ਨੇ, ਇੰਨੇ ਸ਼ਕਤੀ ਵਾਲੇ ਬਚਨ ਸੁਣ ਕੇ ਸਾਰੇ ਡਰ ਗਏ ਜੀ। ਵੀ ਮਹਾਰਾਜ ਨੇ ਬਹੁਤ ਵੀਰ ਰਸ ਵਿੱਚ ਆ ਕੇ ਤੇ ਨਿਨਾਵੇਂ ਪ੍ਰਥਾਏ ਬੁਰੇ ਵਾਹਿਗੁਰੂ ਇਹੋ ਜਿਹੇ ਬੋਲ ਬੋਲੇ ਨੇ। ਤੇ ਹੁਣ ਜੇ ਅਸੀਂ ਮਹਾਰਾਜ ਨੂੰ ਆਖਿਆ ਵੀ ਨਿਨਾਵੇਂ ਨੂੰ ਬਖਸ਼ ਦਿਓ ਤੇ ਨੰਬਰ ਸਾਡਾ ਵੀ ਲੱਗ ਜਾਏਗਾ ਵਿੱਚੇ ਜੀ। ਹਾਂਜੀ, ਕੋਈ ਡਰਦਾ ਗੱਲ ਹੀ ਨਾ ਕਰੇ ਗੁਰੂ ਸਾਹਿਬ ਲਾਗੇ ਜੀ। ਹਾਂਜੀ, ਏਕ ਨਿਸਾ ਤਬ ਰਾਖਿਓ ਡੇਰਾ। ਹਾਂਜੀ, ਕਰਿਓ ਕੂਚ ਪੁਨ ਹੋਤ ਸਵੇਰਾ। ਉਧਰੋਂ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਰਾਤ ਉੱਥੇ ਰਹੇ ਮਾਲਵੇ ਦੇਸ਼ ਵਿੱਚ। ਫਿਰ ਮਹਾਰਾਜ ਕਹਿੰਦੇ ਚਲੋ ਹੁਣ ਕੀਰਤਪੁਰ ਸਾਹਿਬ ਚੱਲੀਏ। ਕਹਿਣ ਲੱਗੇ ਕੀਰਤਪੁਰ ਸਾਹਿਬ ਦੀ ਤਿਆਰੀ ਕਰ ਲਈ। ਹਾਂਜੀ, ਗੌਰੇ ਨਿਕਟ ਗਈ ਗੁੱਧ ਸਾਰੀ। ਉਧਰੋਂ ਕਿਸੇ ਨੇ ਗੌਰੇ ਨੂੰ ਦੱਸਤਾ ਜੀ, ਗੌਰੇ ਨੂੰ ਆਖਿਆ ਗੌਰੇ ਪਹਿਲੀ ਗੱਲ ਹੁਣ ਤੈਨੂੰ ਦੱਸਣ ਵਾਸਤੇ ਦੱਸ ਰਹੇ ਹਾਂ, ਅੱਜ ਤੋਂ ਬਾਅਦ ਗੁਰੂ ਹਰ ਰਾਏ ਸਾਹਿਬ ਨੇ ਆਖਿਆ ਤੇਰਾ ਨਾਮ ਨਹੀਂ ਰਹੇਗਾ। ਕਹਿਣ ਲੱਗੇ ਤੇ ਤੇਰਾ ਨਾਮ ਨਿਨਾਵਾਂ ਰੱਖਿਆ ਨਿਨਾਵਾਂ। ਜਦੋਂ ਗੌਰੇ ਨੂੰ ਪਤਾ ਲੱਗਾ ਵੀ ਮੇਰਾ ਨਾਮ ਗੁਰੂ ਸਾਹਿਬ ਨੇ ਨਿਨਾਵਾਂ ਰੱਖਤਾ, ਆਪਣੇ ਸਾਰੇ ਸਾਥੀਆਂ ਨੂੰ ਆਖਿਆ ਭੁੱਲ ਭੁਲੇਖੇ ਤੁਸੀਂ ਵੀ ਮੈਨੂੰ ਗੌਰਾ ਨਾ ਆਖਿਓ। ਕਹਿਣ ਲੱਗੀਏ ਮੈਨੂੰ ਨਿਨਾਵਾਂ ਆਖਿਓ, ਮੇਰੇ ਪਾਤਸ਼ਾਹ ਨੇ ਮੇਰਾ ਨਾਮ ਨਿਨਾਵਾਂ ਰੱਖਿਆ। ਹਾਂਜੀ, ਤਵ ਗੁਰ ਭਇਓ ਕ੍ਰੋਧ ਗੁਰ ਭਾਰੀ। ਹਾਂਜੀ, ਲੋਕ ਪਰਲੋਕ ਵਿਖੇ ਸੁਖ ਘਨੇ, ਦੇ ਦੇ ਸਰਾਪ ਸਕਲ ਹੀ ਹਨੇ। ਤੇ ਨਿਨਾਵਾਂ ਜੀ ਤੁਹਾਡੇ ਤੇ ਲੋਕ ਪਰਲੋਕ ਦੇ ਸੁਖ ਦੁੱਖ ਦੇ ਰੂਪ ਵਿੱਚ ਬਦਲ ਗਏ। 101 ਬਚਨ ਗੁਰੂ ਹਰ ਰਾਏ ਸਾਹਿਬ ਨੇ ਕੀਤਾ, ਤੂੰ ਪੱਥਰ ਦੀ ਜੂਨੇ ਪਏ, ਤੂੰ ਕਾਂ ਦੀ ਜੂਨੇ ਪਏ, ਤੂੰ ਰੇਂਗਣ ਵਾਲਿਆ ਬਣੇ, ਤੂੰ ਬੱਦਲ ਦੀ ਜੂਨੇ ਪਏ, ਤੇ ਅਖੀਰੀ ਬਚਨ ਕੀਤਾ ਸੀ ਤੂੰ ਫਾਹੇ ਲੱਗ ਕੇ ਮਰੇ ਜੀ। ਸਾਰੇ ਬਚਨ ਗੁਰੂ ਹਰ ਰਾਏ ਸਾਹਿਬ ਦੇ ਦੱਸੇ ਜੀ। ਹਾਂਜੀ, ਜੇ ਗੁਰ ਭਾਖੇ ਸਕਲ ਸੁਣਾਏ, ਜਾਣੇ ਗੌਰ ਸਾਲ ਦੁਖਦਾਏ। ਤੇ ਨਿਨਾਵਾਂ ਇਹ ਬਚਨ ਸੁਣ ਕੇ ਬੜਾ ਦੁਖੀ ਮਨ ਵਿੱਚ ਇੱਕ ਪ੍ਰਕਾਰ ਨਾਲ ਤੇ ਆਇਆ ਵੀ ਇਹ ਕਿਹੜੇ ਬਚਨ ਗੁਰੂ ਸਾਹਿਬ ਨੇ ਕਹਿ ਤੇ। ਹਾਂਜੀ, ਰਿਦੇ ਤਰਾਸ ਧਰ ਬਨ ਕਰ ਦੀਨ, ਸੇਵਾ ਕਰਨ ਵਿਖੇ ਚਿੱਤ ਦੀਨ। ਭਰਨਾ ਜੀ ਕੁਝ ਸਮਾਂ ਤੇ ਦੁਖੀ ਹੋਇਆ ਤੇ ਬਾਅਦ ਚੋਂ ਖੁਸ਼ ਹੋ ਗਿਆ ਜੀ ਭਾਈ ਨਿਨਾਵਾਂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਮੈਂ ਦਾਸ ਵੀ ਨਿਨਾਵਾਂ ਹੀ ਸ਼ਬਦ ਬੋਲ ਰਿਹਾ, ਗੌਰੇ ਨੂੰ ਤੁਸੀਂ ਸਮਝ ਦਿਓ। ਨਿਨਾਵਾਂ ਬਹੁਤ ਖੁਸ਼ ਬਾਅਦ ਚੋਂ ਜੀ, ਪਹਿਲਾਂ ਦੁਖੀ ਤੇ ਬਾਅਦ ਚੋਂ ਖੁਸ਼ ਜੀ। ਤੇ ਦੱਸਣ ਵਾਲੇ ਨੇ ਆਖਿਆ ਵੀ ਗੁਰੂ ਹਰ ਰਾਏ ਸਾਹਿਬ ਨੇ ਬਚਨ ਕੀਤੇ ਹੋਣ ਇਹੋ ਜੇ ਤੇ ਤੁਸੀਂ ਖੁਸ਼ ਹੋਵੋ। ਤੇ ਨਿਨਾਵਾਂ ਹੱਥ ਜੋੜ ਕੇ ਕਹਿਣ ਲੱਗਾ ਭਲਿਆ ਬਚਨ ਦੇਣ ਲੱਗਿਆ ਬੜਾ ਸਮਾਂ ਲੱਗਿਆ, ਤੂੰ ਆਹ ਬਣ ਜੇ, ਤੂੰ ਆਹ ਬਣ ਜੇ, ਤੇਰਾ ਨਾਮ ਨਾ ਰਹੇ, ਤੂੰ ਸੱਪ ਦੀ ਜੂਨੇ ਪੈ ਜੇ, ਤੂੰ ਕਾਂ ਬਣ ਜੇ, ਇੰਨਾ ਸਮਾਂ ਲੱਗਾ ਤੇ ਮੈਨੂੰ ਆਪਣੇ ਸਤਿਗੁਰੂ ਤੇ ਭਰੋਸਾ, ਜਦੋਂ ਬਖਸ਼ਣ ਲੱਗਣਾ ਇੰਨਾ ਹੀ ਕਹਿਣਾ ਜਾ ਤੈਨੂੰ ਬਖਸ਼ ਦਿੱਤਾ ਜੀ, ਉਰੋਂ ਨਹੀਂ ਟਾਈਮ ਲੱਗਣਾ। ਗੱਜ ਕੇ ਆਖੋ ਵਾਹਿਗੁਰੂ। ਉਰੋਂ ਨਹੀਂ ਟਾਈਮ ਲੱਗਣਾ, ਉਰੋਂ ਤੇ ਇੰਨਾ ਹੀ ਕਹਿਣਾ ਵੀ ਜਾ ਤੈਨੂੰ ਬਖਸ਼ ਦਿੱਤਾ ਤੇ ਮੇਰੇ ਸਾਰੇ ਕੰਮਾਂ ਤੋਂ ਬੰਦ ਖਲਾਸੀ ਹੋ ਜਾਣੀ ਮੇਰੀ ਜੀ। ਭਰੋਸਾ ਬੜੀ ਵੱਡੀ ਚੀਜ਼ ਹੈਗਾ ਜੀ ਗੁਰਮੁਖੋ। ਹਾਂਜੀ, ਭਰੋਸਾ ਹੋਣਾ ਬੜਾ ਜ਼ਰੂਰੀ। ਪਤਾ ਮੇਰੇ ਸਤਿਗੁਰੂ ਦਿਆਲੂ ਨੇ ਤੇ ਫਿਰ ਕੀ ਜੇ ਮੈਂ ਗਲਤੀ ਕਰ ਦਿੱਤੀ ਹੈ। ਗੁਰੂ ਸਾਹਿਬ ਨੂੰ ਵੀ ਪਤਾ ਵੀ ਜੱਸੇ ਨੇ ਬੁਰਾ ਬੋਲਿਆ ਸੀਗਾ, ਤੇ ਬਚਨ ਦੇਣ ਲੱਗਿਆ ਤੇ ਟਾਈਮ ਲੱਗਿਆ ਤੇ ਬਖਸ਼ਣ ਲੱਗਿਆ ਕੋਈ ਟਾਈਮ ਨਹੀਂ ਲੱਗਣਾ, ਕੋਈ ਸਮਾਂ ਨਹੀਂ ਲੱਗਣਾ। ਹਾਂਜੀ, ਤੇ ਆਪਣੇ ਸਾਥੀਆਂ ਨੂੰ ਆਖਿਆ ਭਾਈ
ਆਪਾਂ ਸਾਰਿਆਂ ਨੇ ਆਪਣੀ ਭੁੱਲ ਬਖਸ਼ਾਉਣੀ ਗੁਰੂ ਸਾਹਿਬ ਦੇ ਕੋਲੋਂ ਅਤੇ ਤਗੜੇ ਹੋ ਕੇ ਹੁਣ ਸੇਵਾ ਕਰੀਏ ਅਸੀਂ ਜੀ। ਸੇਵਾ ਕਰਨ ਲੱਗ ਪਏ ਪਰ ਦੱਸਣ ਵਾਲੇ ਨੇ ਦੱਸਿਆ ਨਨਾਵੇਂ ਗੁਰੂ ਸਾਹਿਬ ਨੇ ਆਖਿਆ ਮੇਰੇ ਸਾਹਮਣੇ ਨਹੀਂ ਆਉਣਾ, ਉਹਨੇ ਮੇਰੇ ਸਾਹਮਣੇ ਨਹੀਂ ਆਉਣਾ, ਸਾਡੇ ਸਾਹਮਣੇ ਆਉਣ ਦੀ ਭੁੱਲ ਨਾ ਕਰਿਓ। ਹਾਂਜੀ ਕਰ ਗੁਰ ਕਾਰਜ ਭਲੇ ਰਿਝਾਉ। ਉਹ ਕਹਿਣ ਲੱਗਾ ਗੱਲ ਹੀ ਕੋਈ ਨਹੀਂ, ਮੈਂ ਗੁਰੂ ਸਾਹਿਬ ਦੇ ਘਰ ਵਿੱਚ ਸੇਵਾ ਕਰਕੇ ਪਿੱਛੇ ਰਹਿ ਕੇ ਸੇਵਾ ਕਰਕੇ ਗੁਰੂ ਹਰਿ ਰਾਏ ਸਾਹਿਬ ਨੂੰ ਰਿਝਾ ਲੈਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਪਤਾ ਵੀ ਸਾਡੇ ਸਤਿਗੁਰੂ ਦੇ ਆਲੂ ਨੇ, ਮੈਂ ਸਤਿਗੁਰੂ ਨੂੰ ਖੁਸ਼ ਕਰ ਲੈਣਾ। ਹਾਂਜੀ ਨਾਹੇ ਤਾਂ ਆਪਣੇ ਪ੍ਰਾਣ ਗਵਾਉ, ਨਹੀਂ ਤੇ ਫਿਰ ਕੀ ਹੈ, ਮਹਾਰਾਜ ਦੇ ਬਚਨਾਂ ਸਦਕਾ ਪ੍ਰਾਣ ਗਵਾ ਦਿਆਂਗੇ ਤੇ ਬਹੁਤੀ ਗੱਲ ਹੈ, ਤੇ ਜੇ ਜੂਨਾਂ ਵੀ ਭੋਗਣੀਆਂ ਪੈਣ ਉਹਨਾਂ ਵਿੱਚ ਵੀ ਸੁੱਖ ਹੀ ਹੈਗਾ ਜੀ। ਮੇਰੇ ਮਾਲਕ ਨੇ ਉਹਨਾਂ ਵਿੱਚ ਵੀ ਮੇਰਾ ਭਲਾ ਹੀ ਸੋਚਿਆ ਹੋਏਗਾ ਜੀ। ਇਹੋ ਜਿਹਾ ਭਰੋਸਾ ਚਾਹੀਦਾ ਬੰਦੇ ਨੂੰ ਜੀ। ਗੱਜ ਕੇ ਆਖੋ ਵਾਹਿਗੁਰੂ। ਪਹਿਲੀ ਗੱਲ ਵੀ ਮੈਨੂੰ ਬਖਸ਼ ਦੇਣਾ, ਤੇ ਜੇ ਜੂਨਾਂ ਵੀ ਭੁਗਤਣੀਆਂ ਪੈਣ ਤੇ ਮੇਰੇ ਮਾਲਕ ਨੇ ਉਹਦੇ ਵਿੱਚ ਵੀ ਮੇਰਾ ਭਲਾ ਹੀ ਸੋਚਿਆ ਕੋਈ। ਹਾਂਜੀ ਦਾਰੂਨ ਸਰਾਪ ਬਖਸ਼ ਹੈ ਜਾਂਤੇ। ਕਹਿਣ ਲੱਗੇ ਸਰਾਪ ਨਾ ਆਖੋ ਵੀ ਤੈਨੂੰ ਸਰਾਪ ਦੇ ਤੇ, ਤੇਰੇ ਬਾਰੇ ਇਹੋ ਜਿਹੇ ਬਚਨ ਕਰਤੇ, ਮੇਰੇ ਗੁਰੂ ਨੇ ਮੇਰੇ ਤੇ ਮਿਹਰ ਹੀ ਕੀਤੀ ਹੈ ਕਿਸੇ ਪ੍ਰਕਾਰ ਨਾਲ। ਹਾਂਜੀ ਮਨ ਬਚ ਕਰਮਨ ਸੇਵੋ ਤਾਂ ਤੇ। ਹੁਣ ਅੱਜ ਤੋਂ ਬਾਅਦ ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਮੈਂ ਗੁਰੂ ਹਰਿ ਰਾਏ ਸਾਹਿਬ ਜੀ ਦੀ ਪੂਰੀ ਪੂਰੀ ਸੇਵਾ ਕਰਨੀ ਹੈ। ਗੱਜ ਕੇ ਆਖੋ ਵਾਹਿਗੁਰੂ। ਮੇਰੇ ਤੇ ਮਾਂ ਪਿਓ ਨੇ ਗੁਰੂ ਹਰਿ ਰਾਏ ਸਾਹਿਬ, ਮੇਰੇ ਤੇ ਸਭ ਕੁਝ ਨੇ, ਤੇ ਫਿਰ ਕੀ ਜੇ ਬਚਨ ਕਰ ਦਿੱਤੇ। ਗੁਰਬਾਣੀ ਵਿੱਚ ਵੀ ਆਉਂਦਾ ਜੀ ਬਚਨ ਜੀ, ਸੁੱਤ ਖਿਨ ਖਿਨ ਭੂਲ ਬੇਗਾਰ। ਅੱਜ ਕੇ ਆਖੋ ਵਾਹਿਗੁਰੂ। ਬੱਚੇ ਕੋਲੋਂ ਬੜੀਆਂ ਗਲਤੀਆਂ ਹੋ ਜਾਣ ਜੀ, ਖਿਨ ਖਿਨ ਤੇ ਗਲਤੀਆਂ ਹੋ ਜਾਣ ਜੀ, ਪਰ ਗੁਰੂ ਸਾਹਿਬ ਬਖਸ਼ਣ ਲੱਗਿਆਂ ਸਮਾਂ ਨਹੀਂ ਲਾਉਂਦੇ ਜੀ। ਬਾਪ ਬਖਸ਼ਣ ਲੱਗਿਆਂ ਸਮਾਂ ਨਹੀਂ ਲਾਉਂਦਾ। ਹਾਂਜੀ ਫੁਰਨਹਾਰ ਭੀਖਣ ਦੁੱਖ ਦਾਨੀ ਭਾਈ ਕ੍ਰੋਧ ਤੇ ਸਤਿਗੁਰ ਬਾਣੀ ਹੋਹੈ ਪ੍ਰਸੰਨ ਨਾ ਬਖਸ਼ੈ ਜਾਵਦ ਨਿਸ ਦਿਨ ਸੇਵਾ ਲੱਗੋ ਤਾਦਵ। ਮੈਂ ਉਹਨਾਂ ਚਿਰ ਤੱਕ ਗੁਰੂ ਸਾਹਿਬ ਜੀ ਦੀ ਸੇਵਾ ਕਰੀ ਜਾਣੀ ਜਿੰਨਾ ਚਿਰ ਤੱਕ ਮੈਨੂੰ ਬਖਸ਼ ਦੇਣੀ ਹੈਗੇ ਜੀ। ਇਹ ਵੀ ਕੋਈ ਗੌਰੇ ਦੇ ਨਾ ਜੀ ਪੂਰਬਲੇ ਭਾਗ ਨਿਨਾਵੇਂ ਦੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ ਨਹੀਂ ਤੇ ਬੰਦਾ ਇਹੋ ਜਿਹੇ ਬੋਲ ਸੁਣ ਲੇ ਹੋਰ ਉਹਨੂੰ ਗੁੱਸਾ ਚੜ ਜਾਂਦਾ ਜੀ ਬੰਦੇ ਨੂੰ ਜੀ, ਵੀ ਮੇਰੇ ਬਾਰੇ ਇਹੋ ਜਿਹੇ ਬੋਲਤੇ, ਉਹ ਤੇ ਹੋਰ ਗੁੱਸੇ ਵਿੱਚ ਆ ਜਾਂਦਾ ਜੀ। ਪਰ ਨਿਨਾਵਾ ਹੋਰ ਪ੍ਰੇਮ ਵਿੱਚ ਆ ਗਿਆ ਜੀ, ਪ੍ਰੇਮ ਵਿੱਚ ਆ ਗਿਆ ਜੀ, ਵੀ ਕੋਈ ਨੀ ਅਸੀਂ ਬਖਸ਼ਾ ਲਵਾਂਗੇ, ਬੇਨਤੀਆਂ ਕਰਾਂਗੇ ਗੁਰੂ ਸਾਹਿਬ ਨੂੰ। ਹਾਂਜੀ ਏਮ ਦ੍ਰਿੜ ਮਨ ਕੋ ਕਰਕੇ ਗੌਰਾ ਸੇਵਨ ਹਿੱਤ ਪ੍ਰਣ ਧਰ ਤਿਸ ਠੌਰਾ। ਬਸ ਪ੍ਰਣ ਕਰ ਲਿਆ ਨਿਨਾਵੇ ਨੇ ਵੀ ਅੱਜ ਤੋਂ ਬਾਅਦ ਸੇਵਾ ਹੀ ਕਰਨੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਹਾਂਜੀ ਗੁਰ ਸੋ ਫਰਕ ਕੋਸ ਕੋ ਰਾਖ ਹਾਂਜੀ ਚੜਿਓ ਪਿਛਾਰੀ ਨਿਜ ਹਿੱਤ ਕਾਂ। ਤੇ ਕਿਸੇ ਨੇ ਕਿਹਾ ਨਿਨਾਵਾ ਜੀ ਗੁਰੂ ਸਾਹਿਬ ਨੇ ਆਖਿਆ ਸਾਡੇ ਮੱਥੇ ਨਾ ਲੱਗੇ। ਅੱਜ ਕੇ ਆਖੋ ਵਾਹਿਗੁਰੂ। ਤੁਸੀਂ ਕਹਿੰਦੇ ਸੇਵਾ ਕਰਨੀ ਤੇ ਸੇਵਾ ਕਰਦਿਆਂ ਕਰਦਿਆਂ ਸਾਹਮਣੇ ਤੇ ਹੋਣਾ ਹੀ ਪੈਂਦਾ ਵਾ। ਤੇ ਨਿਨਾਵਾ ਜੀ ਹੋਣੀ ਕਹਿਣ ਲੱਗੇ ਗੱਲ ਹੀ ਕੋਈ ਨਹੀਂ, ਆਪਾਂ ਗੁਰੂ ਸਾਹਿਬ ਤੋਂ ਇੱਕ ਕੋ ਦੂਰ ਰਿਹਾ ਕਰਾਂਗੇ। ਕਹਿਣ ਲੱਗੇ ਸੇਵਾ ਵੀ ਕਰਿਆ ਕਰਾਂਗੇ ਤੇ ਇੱਕ ਕੋ ਦੂਰੀ ਬਣਾ ਕੇ ਰੱਖਾਂਗੇ। ਮੈਨੂੰ ਪਤਾ ਅੱਜ ਗੁਰੂ ਹਰਿ ਰਾਏ ਸਾਹਿਬ ਨੇ ਆਖਿਆ ਸਾਡੇ ਮੱਥੇ ਨਾ ਲੱਗੇ, ਸਮਾਂ ਆਉਣ ਤੇ ਆਪੇ ਹੀ ਸਾਨੂੰ ਆਵਾਜ਼ ਮਾਰ ਲੈਣੀ ਉਹਨਾਂ ਨੇ ਜੀ। ਅੱਜ ਕੇ ਆਖੋ ਵਾਹਿਗੁਰੂ। ਖੇਡ ਤੇ ਭਰੋਸੇ ਦੀ ਹੈਗੀ ਆ ਜੀ। ਹਾਂਜੀ ਤੇ ਜਦੋਂ ਮਹਾਰਾਜ ਨੇ ਆਵਾਜ਼ ਮਾਰਨੀ ਨਾ ਜੀ ਤੇ ਨਿਨਾਵੇਂ ਨੇ ਰੋਣਾ ਜੀ, ਨਹੀਂ ਮੈਂ ਨਹੀਂ ਜਾਣਾ। ਗੁਰੂ ਹਰਿ ਰਾਏ ਸਾਹਿਬ ਨੇ ਕਹਿਣਾ, ਮਹਾਰਾਜ ਨੇ ਕਹਿਣਾ ਉਹਨੂੰ ਆਖੋ ਆਵੇ, ਨਹੀਂ ਤੇ ਅਸੀਂ ਉੱਥੇ ਆ ਜਾਣਾ ਜੀ। ਹਾਂਜੀ ਇਹ ਗਾਂ ਗਾਂ ਸੁਣੀ ਚੱਲਿਓ ਇਤਿਹਾਸ। ਅਸੀਂ ਕਹਿਣ ਲੱਗੇ ਕੋਈ ਨਹੀਂ ਆਪਾਂ ਇੱਕ ਕੋ ਦੂਰ ਰਵਾਂਗੇ। ਜਦੋਂ ਮੇਰੇ ਸਤਿਗੁਰੂ ਬਖਸ਼ਿੰਦ ਸੁਭਾਅ ਚ ਆਏ ਮੈਨੂੰ ਆਪੇ ਹੀ ਆਵਾਜ਼ ਮਾਰ ਲੈਣੀ ਉਹਨਾਂ ਨੇ। ਹਾਂਜੀ ਕ੍ਰਮ ਕ੍ਰਮ ਕਰ ਘਾਲਤ ਮਗ ਡੇਰੇ ਸੈਨਾ ਗਮਨਤ ਸੰਗ ਕਨੇਰੇ। ਉਧਰੋਂ 2200 ਘੋੜ ਸਵਾਰ ਸੱਚੇ ਪਾਤਸ਼ਾਹ ਨੇ ਨਾਲ ਲਏ ਜੀ ਤੇ ਮਹਾਰਾਜ ਕੀਰਤਪੁਰ ਸਾਹਿਬ ਨੂੰ ਤੁਰ ਪਏ ਜੀ। ਹਾਂਜੀ ਸ਼੍ਰੀ ਹਰਿ ਰਾਏ ਪਾਲਕੀ ਮਾਹੇ, ਧੰਨ ਗੁਰੂ ਹਰਿ ਰਾਏ ਸਾਹਿਬ ਪਾਲਕੀ ਦੇ ਵਿੱਚ ਹਨ। ਨਾਲ ਸ਼੍ਰੀ ਹਰਿਕ੍ਰਿਸ਼ਨ ਜੀ ਨੂੰ ਲਿਆ ਜੀ, ਉਹਨਾਂ ਦੀ ਉਮਰ ਬਹੁਤ ਛੋਟੀ ਬਾਲਕਾਂ ਵਾਲੀ ਹੈ ਜੀ। ਹਾਂਜੀ ਹੋਹੈ ਅਰੁੱਡਨ ਸੁਖ ਸੋ ਜਾਹੇ, ਤੇ ਬੜੇ ਸੁਖ ਦੇ ਨਾਲ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਨੂੰ ਜਾ ਰਹੇ ਸਮੇਤ ਸੰਗਤਾਂ ਦੇ
ਤੇ ਸਮੇਤ ਫੌਜਾਂ ਦੇ ਜੀ। ਹਾਂਜੀ ਗਨ ਧੁੰਦਬ ਵਾਜਤ ਸੰਗ ਚਾਲੇ, ਹਾਂਜੀ ਅਯੁੱਧ ਧਾਰੀ ਸੁਭਟ ਬਿਸਾਲੇ। ਗੁਰਮੁਖੋ ਬੜਾ ਰਸਤੇ ਵਿੱਚ ਵਾਜੇ ਵੱਜਦੇ ਜਾ ਰਹੇ, ਪੜਾ ਕਰਦੇ ਕਰਦੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਸਾਧ ਸੰਗਤ ਜੀ ਕੀਰਤਪੁਰ ਸਾਹਿਬ ਵਿੱਚ ਪਹੁੰਚ ਰਹੇ ਨੇ। ਹਾਂਜੀ ਕੋਸ ਦੂਰਪੁਰ ਤੇ ਜਾਹੇ ਠੌਰਾ, ਜਿੱਥੇ ਗੁਰੂ ਹਰਿਰਾਏ ਸਾਹਿਬ ਪੜਾ ਕਰ ਲੈਂਦੇ ਸੀ ਨਾ ਜੀ, ਤੇ ਨੈਨਾਵਾਂ ਇੱਕ ਕੋ ਦੂਰ ਪੜਾ ਕਰਦਾ ਹੁੰਦਾ ਸੀਗਾ ਜੀ ਸਮੇਤ ਫੌਜ ਦੇ ਜੀ। ਹਾਂਜੀ ਜਿੱਥੇ ਗੁਰੂ ਹਰਿਰਾਏ ਸਾਹਿਬ ਨੇ ਪੜਾ ਕਰਨਾ, ਇੱਕ ਕੋ ਦੂਰ ਪੜਾ ਕਰ ਲੈਣਾ ਜੀ ਆਪ ਵੀ। ਹਾਂਜੀ ਆਪਣ ਸੈਨ ਜੁੱਤ ਉਤਰਿਓ ਗੌਰਾ, ਤੇ ਕਰਦਿਆਂ ਕਰਦਿਆਂ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਪਹੁੰਚ ਗਏ ਜੀ। ਗੁਰੂ ਸਾਹਿਬ ਤੇ ਕੀਰਤਪੁਰ ਸਾਹਿਬ ਐਂਟਰ ਹੋਣ ਲੱਗੇ ਜੀ, ਤੇ ਨਿਨਾਵੇ ਨੇ ਕੀਰਤਪੁਰ ਸਾਹਿਬ ਤੋਂ ਇੱਕ ਕੋ ਦੂਰ ਉੱਥੇ ਪੜਾ ਲਾ ਲਿਆ ਜੀ। ਪਤਾ ਮੈਂ ਗੁਰੂ ਸਾਹਿਬ ਦੇ ਬਾਹਰ ਦਰਵਾਜ਼ੇ ਤੇ ਬੈਠਾ ਰਹਿਣਾ, ਸਮਾਂ ਆਉਣਾ ਆਪੇ ਹੀ ਮੈਨੂੰ ਆਵਾਜ਼ ਵੱਜ ਜਾਣੀ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਇੱਕ ਗੱਲ ਦਾ ਧਿਆਨ ਰੱਖੋ, ਭਾਈ ਗੁਰਦਾਸ ਸਾਹਿਬ ਦੱਸਦੇ ਉਹ ਕਹਿੰਦੇ ਸਿੱਖਾ ਗਲਤੀ ਵੀ ਹੋ ਜੇ ਤਾਂ ਵੀ ਮਾਲਕ ਦਾ ਡਰ ਨਹੀਂ ਛੱਡਣਾ। ਕਹਿਣ ਲੱਗੇ ਗਲਤੀ ਵੀ ਹੋ ਜੇ ਪਾਪ ਵੀ ਹੋ ਜੇ ਤਾਂ ਵੀ ਮਾਲਕ ਦਾ ਡਰ ਨਹੀਂ ਛੱਡਣਾ। ਤੇ ਫਿਰ ਭਾਈ ਸਾਹਿਬ ਨੇ ਪ੍ਰਮਾਣ ਦਿੱਤੇ ਜੀ, ਕਹਿੰਦੇ ਭਿਖਾਰੀ ਜੇ ਇੱਕ ਵਾਰ ਮੰਗਣ ਤੇ ਕੋਈ ਨਾ ਦੇਵੇ, ਦੋ ਵਾਰ ਮੰਗਣ ਤੇ ਨਾ ਦੇਵੇ ਤੇ ਉਹ ਮੰਗਣਾ ਨਹੀਂ ਛੱਡ ਦਿੰਦਾ ਜੀ। ਉਹ ਮੰਗਦਾ ਹੀ ਰਹਿੰਦਾ, ਉਹ ਮੰਗਦਾ ਹੀ ਰਹਿੰਦਾ। ਉਹਨੂੰ ਪਤਾ ਵਾਰ ਵਾਰ ਮੰਗਾਂਗਾ ਕਦੀ ਨਾ ਕਦੀ ਤੇ ਮਾਲਕ ਖੈਰ ਪਾ ਹੀ ਦਏਗਾ ਜੀ। ਹਾਂਜੀ ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ, ਉਹ ਕਹਿੰਦੇ ਜੋੜਾ ਬਣ ਜਾਓ ਜੋੜਾ, ਮਾਲਕ ਦੇ ਦਰਵਾਜ਼ੇ ਦੇ ਬਾਹਰ ਜੋੜਾ, ਤੇ ਜੋੜੇ ਨੇ ਇਹਨਾਂ ਆਪਣਾ ਆਪਾ ਮਾਰਿਆ, ਉਹ ਆਪ ਤੁਰ ਕੇ ਕਿਤੇ ਨਹੀਂ ਜਾ ਸਕਦਾ ਜੀ। ਉਹਨੂੰ ਪਤਾ ਜਦੋਂ ਮਾਲਕ ਬਾਹਰ ਆਏਗਾ ਮਾਲਕ ਨੇ ਮੈਨੂੰ ਪਾਉਣਾ ਹੀ ਪਾਉਣਾ ਜੀ। ਹਾਂਜੀ ਤੇ ਅੱਗੋਂ ਫਿਰ ਉਹਨਾਂ ਕੁੱਤੇ ਦਾ ਵੀ ਪ੍ਰਮਾਣ ਦਿੱਤਾ ਜੀ, ਕੂਕਰ ਦਾ। ਉਹ ਕਹਿੰਦੇ ਕਈ ਵਾਰੀ ਮਾਲਕ ਗੁੱਸੇ ਹੋ ਕੇ ਅੱਖਾਂ ਤੇ ਪੱਟੀ ਬੰਨ ਕੇ ਵੀ ਬਾਹਰ ਛੱਡ ਆਵੇ ਨਾ, ਤੇ ਕੂਕਰ ਲੱਭਦਾ ਲਭਾਉਂਦਾ ਫਿਰ ਆਪਣੇ ਮਾਲਕ ਦੇ ਬਾਹਰ ਆ ਕੇ ਬਹਿ ਜਾਂਦਾ ਜੀ। ਤੇ ਜਿਹੜੇ ਬਹੁਤੇ ਇਮਾਨਦਾਰ ਹੁੰਦੇ ਜੀ, ਆਪਾਂ ਵੇਖਿਆ ਉਹ ਕਿਸੇ ਦੇ ਹੱਥਾਂ ਦਾ ਨਹੀਂ ਖਾਂਦੇ ਜੀ, ਤੇ ਮਾਲਕ ਭਾਵੇਂ ਇੱਕ ਹੀ ਗਰਾਈ ਦੇ ਦੇ ਉਹ ਖਾ ਲੈਂਦੇ ਜੀ। ਆਸ ਧਾਰ ਕੇ ਬੈਠਣਾ ਵੀ ਮਾਲਕ ਕਦੀ ਨਾ ਕਦੀ ਤੇ ਮੈਨੂੰ ਕੁਝ ਦਏਗਾ ਹੀ ਨਾ ਜੀ। ਅੱਜ ਕੇ ਆਖੋ ਵਾਹਿਗੁਰੂ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ, ਸਾਰੀ ਸੰਗਤ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਮਹਾਰਾਜ ਕਹਿੰਦੇ ਸਵਾਮੀ ਕੋ ਗ੍ਰਿਹ ਜਿਉ ਸਦਾ, ਸਵਾਨਤ ਜਤ ਨਹੀਂ ਨਿਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਭਾਈ ਜਿਵੇਂ ਮਾਲਕ ਦਾ ਦਰ ਕੁੱਤਾ ਨਹੀਂ ਛੱਡਦਾ। ਕਹਿਣ ਲੱਗੇ ਹਾਂਜੀ ਮਾਲਕ ਦਾ ਦਰ ਮੂਲ ਨਹੀਂ ਛੱਡਦੇ, ਭਾਵੇਂ ਸੌ ਸੌ ਵੱਜਣ ਜੁੱਤੇ, ਚੱਲ ਉੱਠਿਆ ਹੁਣ ਪੀਰ ਮਨਾਲਾ ਨਹੀਂ ਤਾਂ ਬਾਜੀ ਲੈ ਗਏ ਕੁੱਤੇ। ਉਹ ਗੱਲ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਕਹਿਣ ਲੱਗੇ ਭਾਈ ਮਾਲਕ ਦਾ ਦਰ ਕੁੱਤਾ ਨਹੀਂ ਛੱਡਦਾ ਜੀ। ਸਵਾਮੀ ਕੋ ਗ੍ਰਿਹ ਜੋ ਸਦਾ, ਸਵਾਨ ਤਜਤ ਨਹੀਂ ਨਿਤ। ਤੇ ਕਮਾਲ ਦੀ ਗੱਲ ਜੀ, ਪੰਕਤੀ ਪੜ੍ਹਦਾ ਪੜ੍ਹਦਾ ਮੈਂ ਸੋਚ ਰਿਹਾ ਸਾਂ ਵੀ ਵੇਖ ਲਓ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਕੁੱਤੇ ਤੋਂ ਸਿੱਖਿਆ ਲੈਣ ਵਾਸਤੇ ਆਖਿਆ ਜੀ। ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਬਸ ਉਹ ਇੱਕ ਚਿੱਤ ਹੋ ਕੇ ਬੈਠਾ ਰਹਿੰਦਾ ਮਾਲਕ ਦੇ ਦਰਵਾਜ਼ੇ ਤੇ ਜੀ। ਹਾਂਜੀ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਸ ਇਸੇ ਤਰ੍ਹਾਂ ਉਹਦੀ ਤਰ੍ਹਾਂ ਬਾਹਰ ਪੈ ਜਾਓ। ਨਿਨਾਵੇ ਨੇ ਆਖਿਆ ਫਿਰ ਕੀ ਜੇ ਮੇਰੇ ਬਾਰੇ ਬਚਨ ਕਰਦੇ, ਤੇ ਮੈਂ ਹੁਣ ਗੁਰੂ ਹਰਿਰਾਏ ਸਾਹਿਬ ਨੂੰ ਓਨਾ ਚਿਰ ਤੇ ਪੱਕਾ ਹੀ ਨਹੀਂ ਛੱਡਣਾ ਜਿੰਨਾ ਚਿਰ ਤੱਕ ਮੈਨੂੰ ਬਖਸ਼ਦੇ ਨਹੀਂ ਹੈਗੇ ਜੀ। ਪਤਾ ਹੈਗਾ ਵੀ ਬਖਸ਼ ਦੇਣਾ ਮੈਨੂੰ ਜੀ। ਕੀਰਤਪੁਰ ਸਾਹਿਬ ਗੁਰੂ ਹਰਿਰਾਏ ਸਾਹਿਬ ਮਹਾਰਾਜ ਪ੍ਰਵੇਸ਼ ਹੋ ਰਹੇ ਜੀ, ਤੇ ਨਿਨਾਵੇ ਨੇ ਇੱਕ ਕੋ ਦੂਰ ਡੇਰਾ ਲਾ ਲਿਆ ਜੀ। ਹਾਂਜੀ ਸ੍ਰੀ ਹਰਿਰਾਏ ਪ੍ਰਵੇਸ਼ੇ ਜਾਏ, ਹਰਖੇ ਨਰ ਨਾਰੀ ਸਮਦਾਏ। ਉਧਰ ਕੀਰਤਪੁਰ ਸਾਹਿਬ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਨੇ ਪ੍ਰਵੇਸ਼ ਕੀਤਾ, ਨਰ ਨਾਰੀ
ਭਾਵ ਮਨੁੱਖ ਇਸਤਰੀਆਂ ਸਾਰੇ ਮਹਾਰਾਜ ਦੇ ਦਰਸ਼ਨ ਕਰਕੇ ਬੜੇ ਖੁਸ਼ ਹੋਏ ਜੀ। ਹਾਂਜੀ, ਚੜ ਕੋਠਨ ਪਰ ਫੁੱਲ ਬਸਾਵੇ, ਸੰਗਤਾਂ ਬੜੀਆਂ ਖੁਸ਼ ਹੋਈਆਂ ਵੀ ਮਹਾਰਾਜ ਕੀਰਤਪੁਰ ਸਾਹਿਬ ਆ ਗਏ, ਕੋਠਿਆਂ ਤੇ ਚੜ ਕੇ ਫੁੱਲਾਂ ਦੀ ਵਰਖਾ ਕੀਤੀ ਜੀ ਸੰਗਤ ਨੇ। ਹਾਂਜੀ, ਦੇਖ ਦੇਖ ਸਭ ਸੀਸ ਨਿਵਾਵੇ, ਦੇਖ ਦੇਖ ਕੇ ਗੁਰੂ ਹਰ ਰਾਏ ਸਾਹਿਬ ਨੂੰ ਸੀਸ ਨਿਵਾ ਰਹੇ, ਤੁਸੀਂ ਵੀ ਨਿਵਾਓ, ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ। ਸੰਗਤਾਂ ਨੂੰ, ਕੀਰਤਪੁਰ ਸਾਹਿਬ ਦੀਆਂ ਸੰਗਤਾਂ ਨੂੰ ਬੜਾ ਚਾਅ ਚੜ ਗਿਆ ਜੀ। ਹਾਂਜੀ, ਉਸਤਵ ਕਰਿਓ ਅਨੇਕ ਪ੍ਰਕਾਰ, ਬੜਾ ਉਹਨਾਂ ਉਤਸਵ ਕੀਤਾ, ਬੜਾ ਵੱਡਾ ਪ੍ਰੋਗਰਾਮ ਕੀਤਾ ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਵਿੱਚ। ਹਾਂਜੀ, ਪੁਰ ਪਰਵੇਸ਼ਿਓ ਸਤਿਗੁਰੂ ਨਿਹਾਰਾ, ਸਤਿਗੁਰੂ ਆਪਣੀ ਪੁਰੀ ਵਿੱਚ ਆਏ, ਆਪਣੇ ਨਗਰ ਵਿੱਚ ਆਏ ਨੇ, ਸੰਗਤਾਂ ਨੂੰ ਬੜਾ ਚਾਅ ਚੜਿਆ, ਇਸੇ ਕੀਰਤਪੁਰ ਸਾਹਿਬ ਵਿੱਚ ਗੁਰੂ ਹਰ ਰਾਏ ਸਾਹਿਬ ਦਾ ਪ੍ਰਕਾਸ਼ ਹੋਇਆ ਜੀ। ਹਾਂਜੀ, ਨਿਜ ਮੰਦਰ ਸੁੰਦਰ ਜਹਿ ਬਣਿਓ, ਹਾਂਜੀ, ਚਰਿਤ ਚਿਤ ਅੰਦਰ ਸੁਖ ਸਨਿਓ। ਹੁਣ ਆਪਾਂ ਕੀਰਤਪੁਰ ਸਾਹਿਬ ਤੇ ਜਾਂਦੇ ਹਾਂ ਜੀ, ਪਰ ਧਿਆਨ ਨਹੀਂ ਮਾਰਦੇ ਜੀ, ਬਸ ਬਾਬਾ ਜੀ ਦੇ ਸਥਾਨ ਤੇ ਜਾ ਕੇ ਆ ਜਾਂਦੇ ਹਾਂ। ਕੀਰਤਪੁਰ ਸਾਹਿਬ ਅੰਦਰ ਬਾਜ਼ਾਰ ਹੈਗਾ ਜੀ, ਬਾਜ਼ਾਰ ਜੀ, ਅਤੇ ਬਾਜ਼ਾਰ ਦੇ ਅੰਦਰ ਸ਼ੀਸ਼ ਮਹਿਲ ਗੁਰਦੁਆਰਾ ਸਾਹਿਬ ਹੈਗਾ ਜੀ, ਉਹ ਗੁਰੂ ਹਰ ਰਾਏ ਸਾਹਿਬ ਦਾ ਨਿੱਜੀ ਘਰ ਸੀਗਾ ਜੀ, ਉੱਥੇ ਹੀ ਗੁਰੂ ਹਰ ਰਾਏ ਸਾਹਿਬ ਜੀ ਦਾ ਅਵਤਾਰ ਹੋਇਆ ਅਤੇ ਉੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਹੋਇਆ ਜੀ। ਹਾਂਜੀ, ਮਹਾਰਾਜ ਆਪਣੇ ਉਸ ਘਰ ਵਿੱਚ ਚਲੇ ਗਏ ਜੀ। ਹਾਂਜੀ, ਵਾਹਨ ਤਿਆਗ ਪਰਵੇਸ਼ੈ ਜਾਏ, ਦਹਿ ਪਰਿਅੰਕ ਬਿਛੋਨਾ ਛਾਏ। ਸੰਗਤਾਂ ਨੇ ਬੜੇ ਚਾਅ ਦੇ ਨਾਲ ਸਤ ਸੰਗਤ ਜੀ ਵਿਛਾਈ ਵਿਛਾਈ ਸੱਚੇ ਪਾਤਸ਼ਾਹ ਜੀ ਦੇ ਪਹੁੰਚਣ ਉੱਤੇ ਜੀ। ਇੱਧਰੋਂ ਮਹਾਰਾਜ ਕੀਰਤਪੁਰ ਸਾਹਿਬ ਪਹੁੰਚ ਗਏ, ਕੀਰਤਪੁਰ ਸਾਹਿਬ ਦੀਆਂ ਸੰਗਤਾਂ ਆ ਕੇ ਬੇਨਤੀ ਕਰਨ ਲੱਗੀਆਂ, ਮਹਾਰਾਜ ਹੁਣ ਨਾ ਸਾਨੂੰ ਛੱਡ ਕੇ ਜਾਇਓ। ਮਹਾਰਾਜ ਕਹਿੰਦੇ ਕੋਈ ਨਹੀਂ ਭਾਈ, ਗੁਰੂ ਗੁਰੂ ਜਪੋ, ਤੁਹਾਡੀ ਜ਼ਿੰਦਗੀ ਦੇ ਸਾਰੇ ਵਿਘਨ ਦੂਰ ਹੋ ਜਾਣਗੇ ਜੀ। ਹਾਂਜੀ, ਇੱਧਰੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਿਵਾਜ ਕੀਰਤਪੁਰ ਸਾਹਿਬ ਪਹੁੰਚ ਗਏ, ਇੱਕ ਕੋ ਦੂਰੀ 'ਤੇ ਨਿਨਾਵਾਂ ਜੀ ਆ ਕੇ ਰੁਕ ਗਏ ਜੀ, ਇਹ ਆਸ ਲੈ ਕੇ ਵੀ ਕਦੀ ਨਾ ਕਦੀ ਤਾਂ ਮੈਨੂੰ ਬਖਸ਼ਣਗੇ ਨਾ ਜੀ, ਕਦੀ ਨਾ ਕਦੀ ਤਾਂ ਬਖਸ਼ਣਗੇ ਨਾ ਜੀ। ਬਸ ਬੰਦਾ ਆਸ ਲੈ ਕੇ ਤੁਰ ਪਏ, ਗੁਰੂ ਸਾਹਿਬ ਬਖਸ਼ ਲੈਂਦੇ ਜੀ। ਕਰੋ ਅਰਦਾਸ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਚਾਰ ਕੁ ਮਿੰਟ ਰਹਿ ਗਏ ਨੇ, ਸਭ ਸੰਗਤ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਜਪ ਕੇ ਫਿਰ ਖਿਮਾ ਮੰਗੀਏ। ਨੇਤਰ ਕਰੋ ਬੰਦ ਤੇ ਪ੍ਰੇਮ ਨਾਲ ਆਖੋ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਾਵਧਾਨ ਹੋ ਕੇ ਪ੍ਰੇਮ ਨਾਲ ਸਾਰੇ ਆਖੋ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਇਸੇ ਤਰ੍ਹਾਂ ਹੀ ਨਾਮ ਦੀ ਖੇਡ ਹੈਗੀ ਜੀ, ਜਿਵੇਂ ਭਾਈ ਨਿਨਾਵਾਂ ਜੀ ਖਲੋਗੇ ਨਾ ਜੀ ਬਾਹਰ, ਵੀ ਕਦੀ ਨਾ ਕਦੀ ਤੇ ਬਖਸ਼ ਲੈਣਗੇ, ਤੇ ਜਦੋਂ ਬੰਦਾ ਵਾਹਿਗੁਰੂ ਵਾਹਿਗੁਰੂ ਕਰਨ ਲੱਗਦਾ, ਬਾਣੀ ਪੜ੍ਹਨ ਲੱਗਦਾ, ਤੇ ਬੰਦੇ ਦਾ ਜੀ ਨਹੀਂ ਵਿੱਚ ਲੱਗਦਾ ਜੀ, ਮਨ ਨਹੀਂ ਲੱਗਦਾ ਜੀ ਵਿੱਚ ਜੀ। ਹੁਣ ਮਨ ਨਹੀਂ ਲੱਗਦਾ ਤੇਰਾ ਮਤਲਬ ਇਹ ਨਹੀਂ ਹੈਗਾ ਵੀ ਵਾਹਿਗੁਰੂ ਵਾਹਿਗੁਰੂ ਜਪਣਾ ਹੀ ਛੱਡ ਦੇਣਾ ਜੀ, ਬਾਣੀ ਪੜ੍ਹਨੀ ਛੱਡ ਦੇਣੀ, ਵੀ ਸਾਡਾ ਮਨ ਨਹੀਂ ਲੱਗਦਾ ਜੀ, ਸਾਡਾ ਧਿਆਨ ਨਹੀਂ ਲੱਗਦਾ, ਅਰਦਾਸਾਂ ਬੇਨਤੀਆਂ ਕਰਦੇ ਰਹਿਣਾ ਚਾਹੀਦਾ, ਤਰਲੇ ਲੈਂਦੇ ਰਹਿਣਾ ਚਾਹੀਦਾ, ਜਪਦੇ ਰਹਿਣਾ ਚਾਹੀਦਾ, ਕਦੀ ਨਾ ਕਦੀ ਤਾਂ ਧਿਆਨ ਲੱਗੇਗਾ ਨਾ ਜੀ।
ਕਦੀ ਨਾ ਕਦੀ ਤੇ ਗੁਰੂ ਸਾਹਿਬ ਮਿਹਰ ਕਰ ਹੀ ਦੇਣਗੇ। ਹਾਂਜੀ, ਕਦੀ ਨਾ ਕਦੀ ਤੇ ਮਨ ਵਿਸਵਾਸ ਆਏਗਾ ਹੀ ਨਾ ਜੀ। ਜਪੋ ਸਾਰੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਭਾਈ ਨਿਨਾਵਾਂ ਜੀ ਬਾਹਰ ਬਹਿ ਗਏ ਨੇ, ਮੈਨੂੰ ਬਖਸ਼ ਲੈਣਗੇ ਸੱਚੇ ਪਾਤਸ਼ਾਹ। ਬਚਨ ਵੀ ਮੰਨਣ ਦੇ ਜੀ, ਸਾਹਮਣੇ ਵੀ ਨਹੀਂ ਜਾ ਰਹੇ ਜੀ, ਅਤੇ ਗੁਰੂ ਦਾ ਦਰ ਵੀ ਨਹੀਂ ਛੱਡਿਆ ਜੀ। ਇਹਦੇ ਤੋਂ ਅੱਗੇ ਪ੍ਰਸੰਗ ਜਿਹੜਾ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਬਸ ਇਸੇ ਤਰ੍ਹਾਂ ਸੁਣ ਸੁਣ ਸਿੱਖਿਆ ਲਈ ਜਾਣੀ ਹੈ ਜੀ। ਜੋ ਮਰਜ਼ੀ ਹੋ ਜਾਏ ਜੀ, ਦਰ ਨਹੀਂ ਛੱਡਣਾ ਜੀ, ਦਰ ਨਹੀਂ ਛੱਡਣਾ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਭ ਸੰਗਤ ਪ੍ਰੇਮ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਭਗਤੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।